ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਨਾਵਲ ਅੰਨੇ ਘੋੜੇ ਦਾ ਦਾਨ ਭਾਗ 10 ਮਾਂ ਦੇ ਬਾਹਰ ਜਾਂਦਿਆਂ ਹੀ ਦਿਆਲੋ ਮੁੜ ਕੇ ਛਿੰਦੇ ਕੋਲ ਆਈ ਤੇ ਉਹਨੂੰ ਆਪਣੇ ਵੱਲ ਤਰਸਤ ਰਹਿਾਈਆਂ ਨਜ਼ਰਾਂ ਨਾਲ ਤੱਕਦਾ ਦੇਖ ਕੇ ਕੋਲ ਬੈੰਦਿਆਂ ਚੁੰਨੀ ਦੇ ਪੱਲੇ ਨਾਲ ਉਹਦੀਆਂ ਅੱਖਾਂ ਪੂੰਝਦਿਆਂ ਬੋਲੀ ਨਾ ਮੇਰਾ ਵੀਰ ਰੋ ਨਾ ਤੇਰੀ ਵੀ ਕਿਤੇ 6:00 ਵੱਜੀ ਐ ਇੱਥੇ ਦੋ ਕਸੀਏ ਮਾਰੇ ਸੀ ਬਾਹਾਂ ਵਾਲੇ ਪਾਸਿਓਂ ਛਿੰਦੇ ਨੇ ਆਪਣੀਆਂ ਲੱਤਾਂ ਤੋਂ ਕੁੜਤਾ ਪਾਸੇ ਕਰਦੇ ਆਂ ਪਿੰਜਣੀਆਂ ਨੂੰ ਹੱਥ ਲਾ ਕੇ ਰੋਂ ਹੱਕੀ ਆਵਾਜ਼ ਚ ਕਿਹਾ ਤੇ ਫਿਰ ਖੱਬਾ ਹੱਥ ਪਿੱਠ ਵੱਲ ਕਰਦੇ ਆਂ ਬੋਲਿਆ ਨਾਲੇ ਇੱਥੇ ਮਾਰਿਆ ਦਿਆਲੋ ਨੇ ਵੇਖਿਆ ਉਹਦੀ ਇੱਕ ਪਿੰਜਣੀ ਉੱਤੋਂ ਪਿਆ ਹੋਇਆ ਨੀਲ ਸੀ ਤੇ ਪੈਰ ਤੇ ਸਾਰੀਆਂ ਲੱਤਾਂ ਗੁਆਰੇ ਦੇ ਕਰਚਿਆਂ ਦੀਆਂ ਛਿੱਟੀਆਂ ਦੇ ਸਲਰਿਆਂ ਨਾਲ ਥਾਂ ਥਾਂ ਤੋਂ ਛਰੀਟੀਆਂ ਤੇ ਉੱਚੜੀਆਂ ਹੋਈਆਂ ਸਨ ਉਹਦੇ ਭਰੇ ਮਨ ਨੂੰ ਕਾਬੂ ਕਰਕੇ ਦਲਾਸਾ ਦੰਦਿਆਂ ਕਿਹਾ ਕੋਈ ਨਹੀਂ ਉਹ ਵੀ ਇਹੋ ਜਿਹੇ ਚੰਦਰੇ ਕੀੜੇ ਪੈ ਕੇ ਮਰਨਗੇ ਆ ਤੈਨੂੰ ਅੰਦਰ ਲਲ ਚਲਾ ਉੱਤੇ ਖੇਸ ਲੈ ਕੇ ਨਿੱਗਾ ਹੋ ਕੇ ਪੈ ਜਾ ਫਿਰ ਮੈਂ ਤੈਨੂੰ ਚਾਹ ਕਰਕੇ ਦੰਨੀ ਆ ਚੰਗਾ ਉਹਨੂੰ ਬਾਹੋਂ ਫੜ ਕੇ ਦਿਯਾਲੋ ਨੇ ਉਠਾਇਆ ਤਾਂ ਅੰਦਰ ਮੰਜੇ ਤੇ ਲਟਾ ਕੇ ਇੱਕ ਤਲਾਈ ਉੱਤੇ ਦੇ ਦਿੱਤੀ ਪਰ ਜਦੋਂ ਮੁੜ ਕੇ ਚੁੱਲ੍ਹੇ ਕੋਲ ਆਈ ਤਾਂ ਅਚਾਨਕ ਹੀ ਬਾਪੂ ਦਾ ਖਿਆਲ ਫੇਰ ਆ ਗਿਆ ਉਹ ਅਜੇ ਵੀ ਖੰਗੀ ਜਾਂਦਾ ਸੀ ਆਪਣੇ ਅੰਦਰ ਉਹ ਦਿਆਲੂ ਨੂੰ ਦੁੱਧ ਦੇ ਉਬਾਲ ਵਾਂਗ ਕੁਝ ਉਤਾ ਉਛਲਦਾ ਮਹਿਸੂਸ ਹੋਇਆ ਤੇ ਮੱਲੋ ਮੱਲੀ ਰੋਣ ਨਿਕਲ ਗਿਆ ਚੁੱਲ੍ਹੀ ਦਾ ਪੱਲਾ ਮੂੰਹ ਵਿੱਚ ਲੈਂਦਿਆਂ ਉਹਨੇ ਆਪਣੀ ਪੁੱਭ ਰੋਕੀ ਤੇ ਡੁੰਗਿਆ ਹੋਇਆ ਸਾਗ ਇਕੱਠਾ ਕਰਕੇ ਬਹਾਨੇ ਉੱਥੇ ਹੀ ਬਹਿ ਕੇ ਉੱਥੇ ਹੀ ਪੁੰਝੇ ਹੱਥ ਮਾਰਨ ਲੱਗ ਪਈ ਮੁੜ ਬਾਪੂ ਕੋਲ ਤੱਕਣ ਦਾ ਹਿਆ ਨਾ ਕਰ ਸਕੀ ਹੋਲੀ-ਹੋਲੀ ਚੁੱਲ੍ਹੇ ਦੀ ਸੁਆਹ ਫਰੋਲਦੇ ਆਂ ਜਦੋਂ ਛਿੰਦੇ ਲਈ ਚਾਹ ਧਰਨ ਵਾਸਤੇ ਬੁਈਆਂ ਦੇ ਡੱਕੇ ਤੋੜ ਕੇ ਪੁੰਬਲ 'ਚ ਤਰਨੇ ਸ਼ੁਰੂ ਕੀਤੇ ਤਾਂ ਇੱਕ ਵਾਰ ਫੇਰ ਅੰਦਰਲੇ ਉਛਾਲ ਨੇ ਅੱਖਾਂ ਪਾਣੀਆਂ ਨਾਲ ਭਰ ਦਿੱਤੀਆਂ ਫੇਰ ਓਵੇਂ ਹੀ ਕੰਦਵਲ ਮੂੰਹ ਕਰਕੇ ਅੱਖਾਂ ਪੂੰਝ ਲਈਆਂ ਪਰ ਉਹਦਾ ਸੰਗ ਇੰਜ ਕੋੜਾ ਹੋ ਗਿਆ ਸੀ ਜਿਵੇਂ ਤਤੂਰਾ ਮੂੰਹ ਵਿੱਚ ਪੈ ਗਿਆ ਹੋਵੇ ਮੇਲੂ ਦੇ ਬਾਪੂ ਦੀ ਖੰਗ ਕੁਝ ਰੁਕੀ ਤਾਂ ਉਹ ਮੁੜ ਕੇ लेट ਗਿਆ ਪਰ ਉਸ ਵੇਲੇ ਉਹਨੂੰ ਧਰਮਸ਼ਾਲਾ 'ਚ ਇੰਜ ਰੋਲਾ ਰੱਪਾ ਪੈਂਦਾ ਸੁਣਿਆ ਜਿਵੇਂ ਸ਼ਹਿਰੋਂ ਪੰਚਾਇਤ ਮੜਾਈ ਹੋਵੇ ਉਹਨੇ ਉੱਠਣ ਦਾ ਯਤਨ ਤਾਂ ਕੀਤਾ ਪਰ ਜਾਪਿਆ ਕਿ ਖੰਗ ਨੇ ਪਿੰਜ ਕੇ ਸ਼ਰੀਰ ਦੀ ਸੱਤੈ ਹੀ ਮੁਕਾ ਦਿੱਤੀ ਸੀ ਉੱਠਿਆ ਹੀ ਨਹੀਂ ਗਿਆ ਪਰ ਜਿਵੇਂ ਪਲੋ ਪਲੀ ਰੋਲੋ ਵਾਦਦਾ ਗਿਆ ਓਵੇਂ ਹੀ ਉਹਦੀ ਬੇਚੈਨੀ ਵਾਧੀ ਗਈ ਫਿਰ ਅਚਾਨਕ یوں ਲੱਗਿਆ ਜਿਵੇਂ ਕੁਝ ਬੰਦੇ ਆਪਸ 'ਚ ਖਹਿੜੜ ਪਏ ਹੋਣ ਫਿਰ ਉਹ ਉੱਠ ਕੇ ਬਹਿ ਗਿਆ ਦੇ ਆਲੋ ਪਾਈ ਵੇਖ ਤਾਂ ਸਹੀ ਕੀ ਗੱਲ ਐ ਕਾਲੇ ਪੈਂਦਿਆਂ ਉਹਨੇ ਚੜੇ ਸਾਹ ਨਾਲ ਕਿਹਾ ਰਦਿਆਲੋ ਵੀ ਫਿੜਕੇ ਕੋਲ ਜਾ ਕੇ ਸਰਸਰੀ ਧਰਮਸ਼ਾਲਾ ਵੱਲ ਨਿਗਾਹ ਮਾਰ ਕੇ ਮੁੜਦੀ ਸਿਰਫ ਇੰਨਾ ਹੀ ਜਵਾਬ ਦੇ ਸકી ਪਤਾ ਨਹੀਂ ਬਾਪੂ ਜਦੋਂ ਮੇਲੂ ਦੇ ਬਾਪੂ ਨੇ ਦਿਆਲੋ ਦੀ ਉਪਰੀ ਜੀ ਆਵਾਜ਼ ਸੁਣ ਕੇ ਰਤਾ ਹੈਰਾਨੀ ਨਾਲ ਉਹਦੇ ਵੱਲ ਤੱਕਿਆ ਤਾਂ ਆਪਣੀ ਬੇਬੇ ਦੀ ਲਿਆਂਦੀ ਹੋਈ ਬਾਲਣ ਦੀ ਭਰੀ ਚੋਂ ਇੱਕ ਮੁਠੀ ਮੋੜੀ ਲੱਭਣ ਲੱਗ ਲੱਗੀ ਮੰਜੀ ਦੀ ਬਾਹੀ ਫੜ ਕੇ ਉੱਠਦਿਆਂ ਬਿੰਦ ਦਾ ਬਿੰਦ ਖੜੋ ਕੇ ਸਾਹ ਲਿਆ ਤੇ ਫਿਰ ਹੌਲੀ-ਹੌਲੀ ਫੜ ਕੇ ਤੁਰ ਪਿਆ ਬਾਹਰ ਆ ਕੇ ਜਦੋਂ ਧਰਮਸ਼ਾਲਾ ਵੱਲ ਨਜ਼ਰ ਮਾਰੀ ਤਾਂ ਬਿਜਲੀ ਦੇ ਚਾਨਣੇ ਖਾਸੇ ਬੰਦੇ ਇਕੱਠੇ ਹੋਏ ਲੱਗੇ ਪੰਜ ਤੇ ਪਾਲੂ ਦੀ ਆਵਾਜ਼ ਉਹਨੇ ਪਛਾਣ ਲਈ ਫੀਨਾ ਵੀ ਅੱਗੇ ਹੁੰਦਿਆ ਮਿਲ ਗਿਆ ਕਿਉਂ ਬਾਈ ਕੀ ਬਣਿਆ ਮੇਲੂ ਦੇ ਬਾਪੂ ਨੇ ਉਤਸੁਕਤਾ ਨਾਲ ਹਫੀ ਹੋਈ ਆਵਾਜ਼ 'ਚ ਪੁੱਛਿਆ ਕੁਝ ਨਹੀਂ ਬਣਨਾ ਕੀ ਸੀ ਫੀਨੇ ਨੇ ਰਤਾ ਅਸਾਧਾਰਨ ਕਾਲੀ ਚ ਆਵਾਜ਼ ਦਿੱਤੀ ਤੇ ਉੱਤਰ ਦਿੱਤਾ ਨਾ ਉੱਥੇ ਸਰਪੰਚ ਪਹੁੰਚਿਆ ਨਾ ਹੀ ਪਿੰਡ ਦਾ ਕੋਈ ਮਹੱਤਵਪੂਰਨ ਬੰਦਾ ਗਿਆ ਅਸੀਂ ਇਕੱਲੇ ਹੀ ਭਕਾਈ ਮਾਰ ਕੇ ਮੁੜਾ ਆਂ ਡੀਸੀ ਸਾਹਿਬ ਕਹਿੰਦਾ ਮੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ ਜਦੋਂ ਅਸੀਂ ਐਸਜੀਐਮ ਨੂੰ ਮਿਲੇ ਉਹ ਵਿੰਗਾ ਜਿਹਾ ਮੂੰਹ ਕਰਕੇ ਕਹਿੰਦਾ ਅੱਜ ਦਾ ਰਿਕਸ਼ੇ ਵਾਲਿਆਂ ਨਾਲ ਜਲੂਸ ਕੱਢਣਾ ਹੈ ਉੱਥੇ ਮੇਰੀ ਡਿਊਟੀ ਲੱਗੀ ਹੋਈ ਹੈ ਪੁਲਿਸ ਕਪਤਾਨ ਕਿਧਰੇ ਦੱਸਿਆ ਹੀ ਨਹੀਂ ਇੱਕ ਹੋਰ ਕੋਈ ਅਫਸਰ ਸੀ ਕਰੜਬਰੜ ਜੀ ਜਾਲੀ ਵਾਲੀ ਵੱਡੀ ਵੱਡੀ ਦਾੜ੍ਹੀ ਵਾਲਾ ਉਹਨੇ ਜ਼ਰੂਰ ਸਾਡੀ ਗੱਲ ਸੁਣ ਲਈ ਪਰ ਉਹ ਕਹਿੰਦਾ ਮੈਂ ਤੁਹਾਡੀ ਅਰਜ਼ ਡੀਸੀ ਕੋਲ ਤਾਂ ਪਹੁੰਚਾ ਦੂੰ ਜੋ ਉਹਨਾਂ ਦਾ ਹੁਕਮ ਹੋਇਆ ਤੁਹਾਨੂੰ ਦੱਸ ਦੂੰ ਹੋਰ ਤਾਂ ਕੁਝ ਨਹੀਂ ਮੇਰੇ ਸਾਰੇ ਆਥਣ ਤਾਈਂ ਬੈਠੇ ਉਡੀਕਦੇ ਰਹੇ ਅਸੀਂ ਨਾਉ ਬੰਦਾ ਤੇ ਆਇਆ ਮੁੜ ਕੇ ਤੇ ਨਾ ਹੀ ਕੋਈ ਹੋਰ ਮਿਲਿਆ ਤਹਾਰ ਕੇ ਅਸੀਂ ਮੁੜੀ ਆਏ ਫੀਨੇ ਦੀ ਸਾਰੀ ਗੱਲ ਵੱਲੋਂ ਬੇਤਿਆਨੀ ਕਰਦਿਆਂ ਮੇਲੂ ਦੇ ਬਾਪੂ ਨੇ ਫਿਕਰ ਨਾਲ ਪੁੱਛਿਆ ਧਰਮੇ ਨੂੰ ਛਡਾ ਲਿਆ ਏ ਕਿ ਨਹੀਂ ਛੜਾ ਕਿੱਥੋਂ ਲਿਆਏ ਫੀਨੇ ਨੇ ਕੁਝ ਗੁੱਸੇ ਤੇ ਰੋਸ ਨਾਲ ਉੱਤਰ ਦਿੱਤਾ ਥਾਣੇਦਾਰ ਨੂੰ ਮਿਲੇ ਸੀ ਉਹ ਕਹਿੰਦਾ ਬਈ ਮੈਂ ਤਾਂ 751 ਚ ਫੜ ਕੇ ਲਿਆਂਦਾ ਇਹਨੂੰ ਪਿੰਡ ਦੇ ਮੋਤਵਰ ਬੰਦਿਆਂ ਦੀ ਜ਼ਮਾਨਤਾਂ ਤੇ ਜੋ ਇਹਨਾਂ ਨੂੰ ਲੈ ਜਾਓ ਥੋਡੇ ਕਹੇ ਬਸ ਮੈਂ ਕੁਝ ਨਹੀਂ ਕਰ ਸਕਦਾ ਬਈ ਚਲਾਨ ਮੈਂ ਅਜੇ ਪੇਸ਼ ਕਰ ਦੂੰ ਮੇਰੇ ਤਾਂ ਇੰਨਾ ਸਾਰੇ ਐ ਹੋਰ ਤਾਂ ਮੈਂ ਕੁਝ ਨਹੀਂ ਕਰ ਸਕਦਾ ਪਰ ਜੇ ਪਿੰਡ ਦੇ ਬੰਦੇ ਜਾਣ ਤਾਂ ਗੁਜ਼ਮਾਨਤ ਕਰਨ ਵਾਲਾ ਅਫਸਰ ਮਿਲੇ ਤਾਂ ਕੋਈ ਗੱਲ ਕਰੀਏ ਐਵੇਂ ਕਿਨੂੰ ਜਾ ਕੇ ਆਖੀ ਅਸੀਂ ਜ਼ਮਾਨਤਾਂ ਕਰਨ ਵਾਲਾ ਅਫਸਰ ਤਾਂ ਰਿਕਸ਼ੇ ਤਾਂਗਿਆਂ ਵਾਲਿਆਂ ਦੇ ਜਲੂਸ ਜਲਾਸ ਚੁਲਜਿਆ ਫਿਰਦਾ ਹੋਰ ਕਿਵੇਂ ਨਹੀਂ ਸੂਤ ਬੰਦਾ ਡੁੱਬੀ ਤਾਂ ਤਾਂ ਹੀ ਜੇ ਸਾਹ ਨਹੀਂ ਆਇਆ ਫੀਨੇ ਨੇ ਕੁਝ ਰੁਖੇਵੇਂ ਦੇ ਨਾਲ ਕਿਹਾ ਜਦੋਂ ਆਪਦੇ ਪਿੰਡ ਦੇ ਬੰਦੇ ਹੀ ਨਹੀਂ ਇੱਥੋਂ ਤੁਰੇ ਉੱਥੇ ਸਾਨੂੰ ਕਿਹਨੇ ਪੁੱਛਣਾ ਸੀ ਇਹ ਤਾਂ ਬਸ ਕੀ ਪੁੱਛਦਾ ਚਾਚਾ ਐਸਾ ਕੰਮ ਕਸੂਤਾ ਹੋਇਆ ਹੈਰ ਅੱਛਾ ਮੈਂ ਤੜਕੇ ਆਪ ਜਾ ਕੇ ਮਿਲੂੰਗਾ ਡੀਸੀ ਨੂੰ ਫੌਜੀ ਦੀ ਗੱਲ ਤੁਰੰਤ ਸੁਣਨਦੇ ਆ ਉਹ ਹੁਣ ਉਹਨਾਂ ਨੂੰ ਸਖਤ ਆਡਰ ਆਏ ਹੋਇਆ ਤੇ ਬੋਲਦਾ ਬੋਲਦਾ ਉਹ ਆਪਣੇ ਘਰ ਵੱਲ ਤੁਰ ਪਿਆ ਮੇਲੂ ਦਾ ਪਿਓ ਬਿੰਦ ਦਾ ਬਿੰਦ ਉੱਥੇ ਹੀ ਖੜੋਤਾ ਦੋ ਚਿੱਤੀ ਚ ਪਿਆ ਰਿਹਾ ਪਰ ਫਿਰ ਉੱਥੇ ਹੀ ਘਰ ਨੂੰ ਮੁੜ ਆਇਆ ਅਗਾਹ ਜਾਣ ਦਾ ਜਿਵੇਂ ਉਹਦਾ ਹੌਸਲਾ ਹੀ ਨਹੀਂ ਰਿਹਾ ਬਿਆਲੋ ਚਾਹ ਤਰ ਕੇ ਅੰਦਰ ਚਲੀ ਗਈ ਸੀ ਪਤਾ ਨਹੀਂ ਕੀ ਸੁੱਕੀ ਲੱਕੜ ਲੱਗ ਜਾਣ ਕਰਕੇ ਅੱਗ ਲਾਟੀ ਬਲ ਰਹੀ ਸੀ ਮੇਲੂ ਦੇ ਪਿਓ ਨੇ ਪਹਿਲਾਂ ਚੁੱਲ੍ਹੇ 'ਚੋਂ ਨਿਕਲਦੀਆਂ ਲਾਟਾਂ ਵੱਲ ਤੱਕਿਆ ਤੇ ਫਿਰ ਮੰਜੀ ਤੇ ਬੈੰਦਿਆ ਹੁੰਦਾ ਧਿਆਨ ਕੱਟੀ ਦੀ ਲੱਤ ਵੱਲ ਚਲਾ ਗਿਆ। ਕੱਟੀ ਢਡਾਲ ਜਈ ਹੋਈ ਅੱਖਾਂ ਮੀਚੀ ਖੜੋਤੀ ਸੀ ਫੱਟੜ ਲੱਤ ਨੂੰ ਬਿੰਦ ਚਿੱਟੇ ਇੰਜ ਹਿਲਾ ਕੇ ਉੱਧਰ-ਉੱਧਰ ਕਰਦੀ ਜਿਵੇਂ ਉਹਨੂੰ ਪੀੜ ਹੋ ਰਹੀ ਹੋਵੇ। ਕੁਝ ਚਿਰ ਕੱਟੀ ਦੀ ਪੀੜ ਦਾ ਇੰਨਾ ਅਹਿਸਾਸ ਹੋਇਆ ਜਿਵੇਂ ਸਾਟੋ ਦੀ ਆਪਣੀ ਲੱਤ ਤੇ ਵੱਜੀ ਹੋਵੇ ਪਰ ਕੁਝ ਚਿਰ ਪਿੱਛੋਂ ਸੋਚ ਹੀ ਮਰ ਗਈ ਲੱਗੀ। ਸਾਹਮਣੇ ਖੜੋਤੀ ਕੱਟੀ ਦਿਸ ਰਹੀ ਸੀ ਉਹਦੀ ਲੱਤ ਬਾਰੇ ਪੀੜ ਬਾਰੇ ਉਹਦੀ ਲੱਤ ਨੂੰ ਵੱਜ ਪੈ ਜਾਣ ਬਾਰੇ ਕੋਈ ਉਤਾਰ ਚੜ੍ਹਾ ਮਨ 'ਚ ਨਹੀਂ ਸੀ ਆ ਰਿਹਾ। ਉਸ ਵੇਲੇ ਪਿੰਡ ਦੇ ਬਾਹਰ-ਬਾਰ ਦੁਨਾਲੀ ਦਾ ਫਾਇਰ ਹੁੰਦਾ ਸੁਣਿਆ ਤਾਂ ਮੇਲੂ ਦਾ ਪਿਓ ਤਰਬਕ ਗਿਆ ਨਾਲ ਹੀ ਪਹਾੜ ਵਾਲੇ ਪਾਸਿਓਂ ਕੱਸੀ ਵੱਲੋਂ ਦੋ-ਤਿੰਨ ਲਲਕਾਰੇ ਸੁਣੇ ਉਧਰ ਧਰਮਸ਼ਾਲਾ 'ਚ ਇੱਕਦਮ ਚੁੱਪਚਾਹ ਹੋ ਗਈ ਪਰ ਉਦੋਂ ਹੀ ਆਪਣੇ ਘਰੋਂ ਵਾਹੋਦਾਹੀ ਨਿਕਲ ਕੇ ਫੀਨਾ ਉਹਨਾਂ ਦੇ ਵਲਗਣ ਦੀ ਵਾਰਡ ਦੇ ਮਗਰਲੇ ਪਾਸੇ ਆ ਕੇ ਖੜੋਂਦੇ ਆਂ ਤੇ ਪਹਾੜ ਵਾਲੇ ਪਾਸੇ ਤੱਕਦੇ ਆਂ ਬੋਲਿਆ ਐ ਲੱਗਦਾ ਚਾਚਾ ਜਿਵੇਂ ਵਧਾਵੇ ਕਿ ਖੇਤਾਂ 'ਵੰਨੀ ਕੋਈ ਰੋਲਾ ਪਿਆ ਹੁੰਦਾ ਹੈ ਮੇਲੂ ਦੇ ਪਿਓ ਨੇ ਹੋਲੀ ਜਹੀ ਉਹਦਾ ਹੰਗਾਰਾ ਪਰਿਆ ਜਾਣੀ ਧਰਮੇ ਕੇ ਮੁੰਡੇ ਰੋਲਾ ਪਾਉਂਦੇ ਲੱਗਦੇ ਆ ਧਰਮੇ ਦੇ ਮੁੰਡੇ ਫੀਨੇ ਨੇ ਉਹਦੇ ਵੱਲ ਹੈਰਾਨੀ ਨਾਲ ਤੱਕ ਕੇ ਕਿਹਾ ਤੇਰਾ ਦਿਮਾਗ ਟਿਕਾਣੇ ਆ ਚਾਚਾ ਉਹਨਾਂ ਨੂੰ ਫੜਿਆਂ ਨੂੰ ਤੱਕੇਂ ਦਿਨ ਹੋ ਗਏ ਸਾਰਾ ਦਿਨ ਉਹਨਾਂ ਨੂੰ ਛਡਾਉਣ ਖਾਤਰ ਤਾਂ ਸੀ ਤੱਕੇ ਖਾ ਕੇ ਆਇਆ ਐਡੀ ਛੇਤੀ ਕਿੱਥੋਂ ਆ ਗਏ ਅਸਮਾਨੋਂ ਉੱਡ ਕੇ ਆ ਗਏ ਮੇਲੂ ਦੇ ਪਿਓ ਨੂੰ ਇਹ ਸੱਚ ਸੋਚ ਕੇ ਸੱਚੀ ਹੈਰਾਨੀ ਹੋਈ ਕਿ ਉਹਨੂੰ ਧਰਮੂ ਦੇ ਮੁੰਡਿਆਂ ਦਾ ਖਿਆਲ ਕਿਵੇਂ ਆ ਗਿਆ ਪਰ ਇਧਰ ਧਰਮਸ਼ਾਲਾ ਵੱਲ ਇੱਕਦਮ ਚੁੱਪ ਚਾ ਕਿਉਂ ਹੋ ਗਈ ਸੀ ਓਏ ਕਿਹੜਾ ਚੀਕ ਦੂ ਜਿਉਣੇ ਮੋੜ ਸਾਹਮਣੇ ਓਏ ਪਹਾੜ ਵਾਲੇ ਪਾਸਿਓਂ ਇੱਕ ਲਲਕਾਰਾ ਫੇਰ ਸੁਣਿਆ ਤੇ ਮੇਲੂ ਦੇ ਪਿਓ ਨੂੰ ਮੋਦੂ ਕੇ ਨਿਮਵਲ ਸੁੱਕੇ ਪੱਤੇ ਛੱਡਦੇ ਲੱਗੇ ਲਲਕਾਰਾ ਸੁਣਦਿਆਂ ਹੀ ਫੀਨਾ ਇਹ ਕਿਹੜਾ ਹੋਇਆ ਕਹਿ ਕੇ ਨਿਆਈਆਂ ਵੱਲ ਵਗ ਗਿਆ ਉਦੋਂ ਹੀ ਫੀਨੇ ਦੀ ਮਾਂ ਬੁੜਬੁੜ ਕਰਦੀ ਉੱਥੇ ਆ ਖੜੋਤੀ ਜਿੱਥੇ ਹੁਣ ਫੀਨਾ ਖੜੋਤਾ ਸੀ ਉਹਨੇ ਮੇਲੂ ਦੇ ਪਿਓ ਨੂੰ ਜਿਵੇਂ ਸੁਣਾ ਕੇ ਕਿਹਾ ਲੈ ਵੇਖ ਕਿੱਡਾ ਕਮਲ ਹੈ ਜਦੋਂ ਦਾ ਆਇਆ ਕਰੇ ਚਾਹ ਵੀ ਨਹੀਂ ਪੀਤੀ ਹੁਣ ਉਧਰ ਤੇ ਉਧਰ ਤੁਰਿਆ ਫਿਰਦਾ ਪੁੱਛਣ ਵਾਲਾ ਹੋਵੇ ਬਈ ਤੂੰ ਕਿਸੇ ਦੀ ਬਲਦੀ ਚ ਹੱਥ ਪਾ ਕੇ ਕੀ ਲੈਣਾ ਖਬਰੇ ਕਿਹੜਾ ਦੇਖ ਕਿਵੇਂ ਬੁੱਕਦਾ ਫਿਰਦਾ ਅੱਜ ਕੱਲ ਕਿਸੇ ਦਾ ਵਸਾਈ ਕੀ ਹੈ ਦੁਨੀਆ ਉਹੀ ਪੁੱਤਰੀ ਫਿਰਦੀ ਹੈ ਹੁਣ ਕੋਈ ਹਾਲ ਹੋਇਆ ਧਰਮਿਕਿਆ ਨਾਲ ਆਥਣ ਤਾਂ ਹੀ ਭੁੱਖੇ ਨਿਆਣੇ ਬਿਲਕੀ ਗਏ ਹੁਣ ਕਿਤੇ ਜਾ ਕੇ ਟੁੱਕ ਦੀ ਬੁਰਕੀ ਦੇਖੇ ਆਈਆਂ ਅਜੇ ਭਾਂਡਾ ਰਿੰਡਾ ਉਹਨਾਂ ਦਾ ਚੁਕਾ ਕੇ ਲਿਆਉਣਾ ਉੱਤੋਂ ਨੇਰਾ ਹੁੰਦਾ ਆਉਂਦਾ ਦੱਸ ਕਿੱਧਰ ਹੋਵੇ ਬੰਦਾ ਮੇਲੂ ਦੇ ਪਿਓ ਨੂੰ ਉਹਦੀ ਆਵਾਜ਼ ਬੜੀ ਉਪਰੀ ਲੱਗੀ ਉੰਜ ਵੀ ਉਹਦੀ ਕਿਸੇ ਗੱਲ ਦਾ ਜਿਵੇਂ ਉਹਨੂੰ ਕੋਈ ਸਮਝ ਨਹੀਂ ਸੀ ਪੈ ਰਹਾ ਉਹ ਬੋਲਦੀ ਬੋਲਦੀ ਪਹਿਲਾਂ ਪਛਾਹ ਵੱਲ ਘਰ ਨੂੰ ਮੁੜ ਗਈ ਫਿਰ ਉਹ ਨਹੀਂ ਪੈਰੀ ਬੂਹੇ ਦਾ ਕੁੰਡਾ ਲਾ ਕੇ ਜਿੱਧਰ ਫੀਨਾ ਗਿਆ ਸੀ ਨਿਆਈਆਂ ਵੱਲ ਤੁਰ ਗਈ ਉੱਪਰ ਮੇਲੂ ਦੇ ਪਿਓ ਨੂੰ ਇੰਜ ਜਾਪਿਆ ਜਿਵੇਂ ਉਹਨਾਂ ਦੇ ਘਰ ਉੱਤੋਂ ਦੀ ਗੀੜਾ ਦੇ ਕੇ ਫਿੜਕੇ ਵੱਲੋਂ ਦੀ ਅੰਬਰ ਅੰਦਰ ਆ ਰਹੀ ਹੋਵੇ ਨਿਗਾ ਪਛਾਹ ਕੀਤੀ ਤਾਂ ਸਾਹੋਂ ਸਾਹ ਹੋਈ ਮੇਲੂ ਦੀ ਬੇਬੇ ਸਲਾਰੀ ਦੇ ਇੱਕ ਪੱਲੇ 'ਚ ਆਟਾ ਬੰਨੀ ਪੋਟਲੀ ਸਿਰ 'ਤੇ ਰੱਖੀ ਦੂਜੇ ਕੁਝ ਨਿੱਕ ਸੁੱਕ ਪਵਾ ਕੇ ਹੱਥ 'ਤੇ ਧਰੀ ਆ ਰਹੀ ਸੀ ਕੀ ਲੋੜਾ ਆ ਗਿਆ ਕੁੜੇ ਕਿੰਨਾ ਨੇਰ ਪਾ ਛੱਡਿਆ ਜਾਇ ਖਾਣਿਆਂ ਨੇ ਆ ਵੀ ਕਦੇ ਸੁਣੀ ਸੀ ਕਹਿੰਦਾ ਲਜਾਣੇ ਲੈ ਜਾ ਨਹੀਂ ਕੋਈ ਹੋਰ ਘਰ ਭਾਲ ਲੈ ਪੁੱਤ ਪਿੱਟਿਆ ਤੂੰ ਬਰਾਬਰ ਦਾ ਦੇ ਹੁਣ ਕੇ ਮੱਕੀ ਨਾਲੋਂ ਮਹਿੰਗੀ ਬਗਤੀ ਐ ਕਣਕ ਜਿਉਂ ਜਿ ਇਹ ਠੋਹੇ ਵਾਂਗੂ ਪੂੰਛ ਚੱਕੀ ਫਿਰਦਾ ਲੈ ਉਹ ਬਾਣੀਆਂ ਹੀ ਨਹੀਂ ਮੰਨ ਕਹਿੰਦਾ ਗੁੜ ਪੌਣੇ 2 ਰੁਪਏ ਕਿਲੋ ਦੇਉ ਲਿਜਾਣਾ ਲੈ ਜਾ ਨਹੀਂ ਤੁਰਦੀ ਬਣ ਤੇ ਉਹ ਵੀ ਪੈਸੇ ਨਗਦ ਲੈ ਕੇ ਜਾਣਦੇ ਖਾਣਿਓ ਪੌਣੇ 2 ਕਾ ਕੀ ਭਾਏ ਕਿਤੇ ਨਾ ਕੋਈ ਹਲਕ ਤਾਲੂਆ ਰੱਖੋ ਮਾੜਾ ਮੋਟਾ ਹੈ ਕਿ ਲੱਕ ਤੇ ਲੱਕ ਬੰਨਿਆ ਹੈ ਨਾ ਕਰਿਆੜਾ ਨੇ ਲੱਕ ਨਹੀਂ ਬੰਨਿਆ ਤਾਂ ਉਵੇਂ ਬਰਾਹੜ ਕਰਦੀ ਹੋਈ ਉਹ ਖੋਟੜੀ ਦੇ ਅੰਦਰ ਚਲੀ ਗਈ ਕੁਝ ਚਿਰ ਦਿਆਲੋ ਨਾਲ ਉੱਚੀ ਨੀਵੀ ਹੁੰਦੀ ਰਹੀ ਤੇ ਬਿੰਦ ਚੱਟੇ ਚਾਹ ਤਰਨਦੀ ਉਹਨੂੰ ਬਾਣ ਨੇ ਬਾਲਣ ਤੇ ਗੁੜ ਚਾ ਮੂੰਹੇ ਹੀ ਘਰ ਨੂੰ ਹੁੰਜਾ ਤੇ ਫੇਰ ਛੱਡਿਆ ਸੀ ਅੱਗੋਂ ਦਿਆਲੋ ਨੇ ਵੀ ਜਦੋਂ ਤੱਤੀਆਂ ਠੰਡੀਆਂ ਸੁਣਾ ਦਿੱਤੀਆਂ ਤਾਂ ਔਖੀ ਹੋਈ ਕੋਟੜੀੋਂ ਬਾਹਰ ਨਿਕਲ ਆਈ ਵੇੜੇ 'ਚ ਆਉਂਦਿਆਂ ਹੀ ਉਹਨੇ ਦੋ ਦਿਨ ਲਲਕਾਰੇ ਸੁਨੇ ਤੇ ਫੇਰ ਕਿਸੇ ਟੀਵੀ ਦੀਆਂ ਚੀਕਾਂ ਨਾਲ ਹੀ ਬੰਦੂਕ ਦਾ ਇੱਕ ਹੋਰ ਫਾਇਰ ਹੋਇਆ ਤਾਂ ਸਹਿਮ ਗਿਆ ਸਹਿਮ ਨਾਲ ਉਹਦਾ ਸੰਗ ਸੁੱਕ ਗਿਆ ਵਾਹ ਗੁਰੂ ਆ ਕੀ ਲੋੜਾ ਹੋ ਗਿਆ ਗੁੜੇ ਕਾਬਰੀ ਹੋਈ ਫਿੜਕੇ ਵੱਲ ਭੱਜੀ ਤਾਂ ਧਰਮਸ਼ਾਲਾ ਵੱਲੋਂ ਦੋ ਮੁੰਡੇ ਗੰਦਾਸੀਆਂ ਲਈ ਪਹਾੜ ਵਾਲੇ ਪਾਸੇ ਭੱਜੇ ਦੇਖ ਕੇ ਪਛਾਹ ਹਟ ਗਈ ਧਰਮਸ਼ਾਲਾ ਅੰਦਰ ਇਕੱਠ ਹੋਏ ਲੋਕਾਂ ਦੀ ਇੰਨੀ ਕਾਂਵਰੋਲੀ ਸੁਣਾਈ ਦੇਣ ਲੱਗੀ ਜਿਵੇਂ ਪਿੰਡ 'ਚ ਡਾਕੂ ਆ ਪਏ ਹੋਣ ਗੰਦਾਸੀਆਂ ਨਾਲ ਵਾਲੇ ਮੁੰਡੇ ਨੇ ਮਗਰ ਹੀ ਤਿੰਨ ਚਾਰ ਬੰਦੇ ਹੋਰ ਕਾਲੇ-ਕਾਲੇ ਵਗੇ ਜਾਂਦੇ ਸਨ ਵੇਖੋ ਤਾਂ ਗਾਹ ਹੋ ਕੇ ਪੁੱਛਣ ਲਈ ਓਲੀ ਪਰ ਉਹ ਵਾਹੋਦਾਈ ਨਿਆਈਆਂ ਵੱਲ ਨਿਕਲ ਗਏ ਉਹਨਾਂ ਸਾਰਿਆਂ ਕੋਲ ਡਾਂਗਾਂ ਤੇ ਗੰਡਾਸੇ ਫੜੇ ਹੋਏ ਸਨ ਜਾਪਦਾ ਸੀ ਕਿ ਕੋਈ ਲੜਾਈ ਪੈ ਗਈ ਹੈ ਫਿਰ ਅਚਾਨਕ ਹੀ ਫੀਨੇ ਦੀ ਮਾਦियां ਕੂਕਾਂ ਚੀਨਾ ਐਨੀਆਂ ਨਿਆਈਆਂ ਚ ਸੁਣੀਆਂ ਮੇਲੂ ਦੇ ਪਿਓ ਨੂੰ ਪਾਲੇ ਤੋਂ ਬਚ ਕੇ ਅੰਦਰ ਬੈਠਣ ਲਈ ਤਾੜੀਆਂ ਕਰਦਿਆਂ ਮੇਲੂ ਦੀ ਬੇਬੇ ਸਲਾਰੀ ਬੋਚਦੀ ਜਦੋਂ ਫਿੜਕਿਓਂ ਬਾਹਰ ਆਈ ਤਾਂ ਸਾਹਮਣੋਂ ਪਲਾਤੇ ਨੇਰੇ 'ਚ ਫੀਨੇ ਦੀ ਮਾਂ ਦੁਹਤੜੀ ਪਿੱਟਦੀ ਹੋਈ ਨਜ਼ਰ ਆਉਂਦੀ ਦੇਖ ਕੇ ਉਹ ਸਾਣੀ ਮਾਰੇ ਗਏ ਫੀਨੇ ਦੇ ਘਰਾਂ ਦੀਆਂ 3-4 ਤੀਵੀਆਂ ਵੀ ਭੱਜ ਕੇ ਬਾਹਰ ਨਿਕਲਦਿਆਂ ਫੀਨੇ ਦੀ ਮਾਂ ਦੇ ਵਾਲੇ ਇਕੱਠੀਆਂ ਹੋ ਗਈਆਂ। ਉਹਨਾਂ ਸਾਰਿਆਂ ਨੇ ਬਾਰ-ਬਾਰ ਪੁੱਛਿਆ ਪਰ ਫੀਨੇ ਦੀ ਮਾਂ ਦੇ ਮੂੰਹੋਂ ਕੋਈ ਗੱਲ ਨਹੀਂ ਸੀ ਨਿਕਲ ਰਹੀ। ਉਹ ਕੂਕਾਂ ਤਾਹਾ ਮਾਰਦੀ ਹਾਲੋਂ ਬਿਹਾਲ ਹੋਈ ਪਛਾਹ ਮੁਰਮੁਰ ਨੇ ਆਈਆਂ ਵਾਲਿਓਂ ਚਾਂਕ ਰਹੀ ਸੀ ਜਿਵੇਂ ਕਿਸੇ ਭਿਆਨਕ ਹੜ੍ਹ ਵਿੱਚ ਉਹਦਾ ਸਾਰਾ ਘਰਬਾਰ ਆਰ ਪਰਿਵਾਰ ਸਭ ਕੁਝ ਰੁੜ ਗਿਆ ਹੋਵੇ। ਕਿਸੇ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਐਡੀ ਛੇਤੀ ਕੀ ਪਾਣਾ ਵਰਤ ਗਿਆ ਸੀ। ਉਹਦੀ ਅਜਿਹੀ ਹਾਲਤ ਵੇਖ ਕੇ ਸਾਰੀਆਂ ਤੀਵੀਆਂ ਘਬਰਾ ਗਈਆਂ। ਉਦੇ ਮੂੰਹ ਮੈਂ ਲੁੱਟੀ ਗਈ ਪਿੰਡਾ ਮੈਂ ਪੱਟੀ ਗਈ ਬੇ ਲੋਕੋ ਤੋਂ ਬਿਨਾ ਕੋਈ ਗੱਲ ਹੀ ਨਹੀਂ ਸੀ ਨਿਕਲ ਰਹੀ ਉਹਨਾਂ ਦੇ ਉੱਥੇ ਖੜੋਤਿਆਂ ਹੀ ਨਿਆਈਆਂ ਵੱਲੋਂ ਤਗੜ-ਤਗੜ ਕਰਦਾ ਇੱਕ ਬੰਦਾ ਭੱਜ ਆਇਆ ਉਹਨੇ ਮੂੰਹ ਸਿਰਕ ਮੰਡਾਸੇ ਨਾਲ ਬੰਨਿਆ ਹੋਇਆ ਸੀ ਤੇ ਮੋਢੇ ਤੇ ਰੱਖੀ ਹੋਈ ਗੰਡਾਸੀ ਦੋਹੇ ਹੱਥਾਂ 'ਚ ਕੁੱਟ ਕੇ ਫੜੀ ਹੋਈ ਸੀ ਉਹ ਸਾਰੀਆਂ ਭੈ ਭੀਤ ਹੋ ਕੇ ਮੇਲੂ ਦੇ ਘਰ ਦੀ ਵਾਰਡ ਨਾਲ ਜਾ ਲੱਗੀਆਂ ਚਲੋ ਚਲੋ ਘਰੋਂ ਕਰੀ ਚਲੋ ਇੱਥੇ ਕੋਈ ਨਾ ਖੜੋ ਤੂੰ ਵੀ ਚਾਚੀ RAM nal ਬੈਠ ਘਰੇ ਫੀਨਾ ਰਾਜੀ ਬਾਜੀਏ ਐਵੇਂ ਨਾ ਡੰਡ ਪਾਓ ਉਹ ਬੰਦਾ ਕਾਲੀ ਕਾਲੀ ਇੰਨੀ ਗੱਲ ਕਹਿ ਕੇ ਧਰਮਸ਼ਾਲਾ ਵੱਲ ਨੱਸ ਗਿਆ ਮੰਡਾਸੇ ਤੇ ਉਪਰੀ ਆਵਾਜ਼ ਕਰਕੇ ਉਹਦੀ ਪਛਾਣ ਕਿਸੇ ਨੂੰ ਵੀ ਨਹੀਂ ਪਈ ਪਰ ਉਹਦਾ ਬੋਲ ਸੁਣਦਿਆਂ ਜਿਵੇਂ ਫੀਨੇ ਦੀ ਮਾਂ ਦਾ ਚਿੱਤ ਟਿਕਾਣੇ ਆ ਗਿਆ ਹੋਵੇ ਉਹ ਚੁੱਪ ਕਰਦੇ ਆ ਪੂੰਜੇ ਬੈਠ ਗਈ ਤੇ ਫਿਰ ਉਪਰਿਆਂ ਵਾਂਗ ਸਾਰਿਆਂ ਦੇ ਚਿਹਰੇ ਵੱਲ ਤੱਕਦੀ ਬੋਲੀ ਮੁੰਡਾ ਕਿਹੜਾ ਸੀ ਇਹ ਧੀਰੂ ਕਾ ਲੱਗਦਾ ਸੀ ਛੋਟਾ ਮੇਲੂ ਦੀ ਬੇਬੇ ਨੇ ਕਿਹਾ ਖਬਰੇ ਮੇਰਾ ਦਿਲ ਤਰੋਣ ਦਾ ਮਾਰਾ ਹੀ ਨਾ ਕਹਿ ਕੇ ਗਿਆ ਹੋਵੇ ਕੋਈ ਨਹੀਂ ਤੂੰ ਤਕੜੀ ਹੋ ਉੱਠ ਕੇ ਘਰ ਨੂੰ ਤੁਰ ਬੰਦੇ ਆਪੇ ਪਤਾ ਲੈ ਲੈਣਗੇ ਸਾਰੀ ਗੱਲ ਦਾ ਚਿੰਤਾ ਨੇ ਦਿਲਾਸ ਚਿੰਤੀ ਨੇ ਦਲਾਸਾ ਦਿੱਤਾ ਤੇ ਸਾਰਿਆਂ ਨੂੰ ਠਾ ਕੇ ਮੇਲੂ ਦੇ ਘਰ ਦੇ ਬੂਹੇ ਕੋਲ ਲੈ ਆਈਆਂ ਉੱਤੋਂ ਤੱਕ ਧਰਮਸ਼ਾਲਾ ਵਿੱਚ ਹੋਏ ਇਕੱਠ ਕਰਕੇ ਸਾਰੇ ਲੋਕ ਖਿੰਡ ਗਏ ਸਨ ਦੋ ਬੰਦੇ ਉਹਨਾਂ ਦੇ ਸਰਪੰਚ ਦੇ ਘਰ ਵੱਲ ਤੁਰਦੇ ਵੇਖੇ ਤੇ ਤਿੰਨ ਚਾਰ ਉਸੇ ਗੰਡਾਸੀ ਵਾਲੇ ਮੁੰਡੇ ਨਾਲ ਨਿਆਂਇਆਂ ਵੱਲ ਮੁੜ ਪਏ ਤੇ ਬਾਕੀ ਸਾਰੇ ਕਹਿੰਦੇ ਪਰਾਂ ਛੱਪੜੀ ਵੱਲ ਚਲੇ ਗਏ ਤੀਵੀਆਂ ਫੀਨੇ ਦੀ ਮਾਂ ਨੂੰ ਤਸੱਲੀ ਦਿਵਾ ਕੇ ਘਰ ਲੈ ਗਈਆਂ ਪਰ ਮਾਂ ਦੀ ਜਈ ਹਾਲਤ ਵੇਖ ਕੇ ਫੀਨੇ ਦੀ ਨਿੱਕੀ ਪੈਣ ਤੇ ਦੋਹੇ ਛੋਟੇ ਮੁੰਡੇ ਰੋਣ ਲੱਗ ਪਏ ਮੇਲੂ ਦੀ ਮਾਂ ਨੇ ਉਹਨਾਂ ਨੂੰ ਮਸਾਂ ਚੁੱਪ ਕਰਵਾਇਆ ਜਦੋਂ ਸਾਰੀਆਂ ਫੀਨੇ ਦੀ ਮਾਂ ਤੇ ਠਰਮੇ ਨਾਲ ਗੱਲ ਪੁੱਛੀ ਤਾਂ ਅੱਤੇ ਵੀ ਅੱਧਾ ਧਿਆਨ ਨਿਆਂਈਆਂ ਵੱਲ ਰੱਖਦੇ ਆ ਧੀਮੇ ਹੋਏ ਰੋਲੇ ਦੀ ਬਿੜਕ ਲੈਂਦੇ ਆ ਉਹਨੇ ਕਿਹਾ ਮੈਂ ਜਦੋਂ ਉਹਦੇ ਮਗਰੋਂ ਉੱਥੇ ਆਈ ਤੁਰਿਸ ਤਾਂ ਕੰਡੇ ਕੋ ਨਿਆਈ ਚ ਜਾ ਕੇ ਐ ਲੱਗਿਆ ਜਿਵੇਂ ਕਿਸੇ ਨੇ ਫੀਨੇ ਤੇ ਜਾਣੀ ਫੈਰ ਕੀਤਾ ਹੁੰਦਾ ਫੇਰ ਮੈਨੂੰ ਫੀਨੇ ਦਾ ਲਲਕਾਰਾ ਸੁਣਿਆ ਲਲਕਾਰਾ ਸੁਣਦੇ ਹੀ ਐ ਲੱਗਿਆ ਜਿਵੇਂ ਉਹ ਦੜਹਾਕੇ ਲੈ ਕੇ ਡਿੱਗ ਪਿਆ ਹੁੰਦਾ ਤੇ ਉਹ ਕਹਿੰਦਾ ਹੁੰਦਾ ਮਾਰਤਾ ਓਏ ਕੰਜਰਦਿਆ ਹਾਏ ਹਾਏ ਮੈਂ ਤਾਂ ਥਾਂ ਹੀ ਸਾਣੀ ਮਾਰੀ ਗਈ ਉੱਥੇ ਹੀ ਡਿੱਗ ਪਈ ਉਹਦੀ ਗੱਲ ਜੇ ਮੁੱਕੀ ਨਹੀਂ ਸੀ ਕਿ ਫੇਰ ਲਲਕਾਰੇ ਸੁਣੇ ਚਲੋ ਭੱਜੋ ਜਿੱਧਰੋਂ ਭੱਜਦਾ ਹੱਥ ਦੀ ਉਹ ਫੇਰ ਸਹਿਮ ਗਈਆਂ ਤੇ ਫੀਨੇ ਦੀ ਮਾਂ ਗੋਡਿਆਂ ਤੇ ਹੱਥ ਮਾਰ ਕੇ ਹਾਏ ਮੈਂ ਮਰ ਗਈ ਕਹਿਣ ਸਾਰੀ ਬੈਠੀ ਬਿਠਾਂ ਪਛਾਹ ਨੂੰ ਡਿੱਗ ਪਈ ਉਹਨੂੰ ਦੰਦਲ ਪੈ ਗਈ ਸੀ ਉਸ ਵੇਲੇ ਕੁੰਡ ਮੁੜੇ ਤੇ ਅੰਗ ਨੀਲੇ ਪੈ ਗਏ ਸਨ ਚਿੰਤੀ ਨੇ ਭੱਜ ਕੇ ਚੁੱਲ੍ਹੇ ਮੂਰਿਓ ਖੁਰਚਣਾ ਲਿਆਂਦਾ ਤੇ ਦੋਹਾਂ ਤਿੰਨਾਂ ਜਣੀਆਂ ਨੇ ਕਾਬੂ ਕਰਕੇ ਉਹਦੀ ਦੰਦਲ ਪੰਨੀ ਪਰ ਉਹਨੇ ਕਿੰਨਾ ਹੀ ਚਿਰੱਖਾ ਨਹੀਂ ਖੋਲੀਆਂ ਅਚਾਨਕ ਮੇਲੂ ਦੀ ਮਾਂ ਨੂੰ ਤਰੇਲੀ ਆ ਗਈ ਜਿਹੀ ਘਬਰਾਹਟ ਮਹਿਸੂਸ ਹੋਈ ਕਿ ਉੱਥੇ ਖੜੀ ਨਾ ਹੋ ਸਕੀ ਬਿਨਾ ਕੁਝ ਕਿਹਾ ਸੁਣਿਆ ਚੁੱਪ ਕਰਕੇ ਘਰ ਨੂੰ ਮੁੜਾਈ ਆਉਣਸਾਰ ਵੇੜੇ 'ਚ ਪਈ ਉਸੇ ਖਾਲੀ ਮੰਜੀ ਉੱਤੇ ਲੇਟ ਗਈ ਜਿੱਥੋਂ ਉੱਠ ਕੇ ਮੇਲੂ ਦਾ ਬਾਪੂ ਅੰਦਰ ਜਾ ਵੜਿਆ ਸੀ ਅੰਦਰੋਂ ਦਾ ਖੰਗ ਨਾਲ ਉਖੜਿਆ ਸਾ ਉਹਨੂੰ ਧਕਾਉਣੀ ਵਾਂਗ ਸੁਣਦਾ ਪਰ ਉੱਠ ਕੇ ਅੰਦਰ ਨਹੀਂ ਜਾ ਸਕੀ ਦਿਆਲੋ ਦੇ ਸਹਰਾਣੇ ਪਈ ਛਿੱਟੀਆਂ ਦੀ ਭਾਰ ਚੋਂ ਬਾਲਣ ਲਈ ਆਈ ਸੀ ਤਾਂ ਉਪਰੀ ਜੀ ਆਵਾਜ਼ ਨਾਲ ਪੁੱਛਿਆ ਬੇਬੇ ਕੀ ਗੱਲ ਹੋ ਗਈ ਸੀ ਪਰ ਅੱਗੋਂ ਉਹ ਹੈ ਕੀ ਆਖਿਆ ਕਹਿ ਕੇ ਚੁੱਪ ਕਰ ਗਈ ਉਹਦੀ ਆਵਾਜ਼ ਦਿਆਲੋ ਨੂੰ ਬੜੀ ਉਪਰੀ ਲੱਗੀ ਤੇ ਆਪਣਾ ਵੀ ਚਿੱਤ ਨਾ ਟਿਕਾਣੇ ਹੋਣ ਕਰਕੇ ਦਿਆਲੋ ਨੇ ਦੂਜੀ ਵਾਰ ਨਹੀਂ ਪੁੱਛਿਆ ਛਿੱਟੀਆਂ ਲੈ ਕੇ ਚੁੱਲ੍ਹੇ ਮੁਰੇ ਜਾ ਬੈਠੀ ਪਰ ਉਸ ਵੇਲੇ ਮੇਲੂ ਦੀ ਬੇਬੇ ਨੂੰ ਇੰਜ ਜਾਪਿਆ ਜਿਵੇਂ ਚਾਰ ਚਫੇਰਿਓਂ ਕਾਲੀ ਬੋਲੀ ਨੇਰੀ ਚੜ੍ਹਿਆ ਹੀ ਹੋਵੇ ਪਹਿਲਾਂ ਰੁੱਖ ਛੂਕਦੇ ਰਹੇ ਤੇ ਫਿਰ ਤੜਾਕ ਤੜਾਕ ਡਾਣੇ ਟੁੱਟਣ ਦੇ ਕੜਾਕ ਸੁਣਨ ਲੱਗ ਪਏ ਵਿਹੜਿਆਂ ਵਿੱਚ ਤੇ ਕੰਧੋਲੀਆਂ ਟਾਂਡਾਂ ਉੱਤੋਂ ਭਾਂਡੇ ਛੱਜ ਟੋکریاں ਛਾਬੇ ਢਿੱਗਣ ਦਾ ਖੜਾਕ ਸੁਣਿਆ ਪਹਿਲਾਂ ਘਬਰਾ ਕੇ ਉਹਨੇ ਕਸਮੈਲੇ ਜਿਹਾ ਅਸਮਾਨ ਵੱਲ ਤੱਕਿਆ ਤੇ ਫਿਰ ਮੂੰਹ ਸਿਰ ਸਲਾਰੀ ਚ ਇੰਜ ਬੁਲੇਟ ਲਿਆ ਜਿਵੇਂ ਸੱਚੀ ਅੱਖਾਂ ਵਿੱਚ ਮੋਟਾ ਮੋਟਾ ਰੇਤਾਂ ਪੈ ਗਿਆ ਹੋਵੇ ਕੁਝ ਚਿਰ ਪਿੱਛੋਂ ਦੇ ਆਲੋ ਨੂੰ ਲੱਗਿਆ ਜਿਵੇਂ ਉਹਦੀ ਮਾਂ ਦੀ ਸੁੱਤੀ ਪਈ ਬਰਾੜ ਕਰ ਰਹੀ ਹੋਵੇ ਉੱਠ ਕੇ ਮੰਝੇ ਕੋਲ ਗਈ ਤਾਂ ਉਹ ਸਲਾਰੀ ਵਿੱਚੋਂ ਮੂੰਹ ਬੁਲੇਟ ਕੇ ਕੁਝ ਬੋਲੀ ਜਾ ਰਹੀ ਸੀ ਜਿਹਦੀ ਉਹਨੂੰ ਕੁਝ ਸਮਝ ਵੀ ਨਹੀਂ ਆਈ ਸਿਰਫ ਦੋ ਕੁ ਬਾਗ ਸਾਫ ਸੁਣੇ ਖਬਰ ਹੈ ਸੱਚੀ ਤੇਰਵੀਂ ਵਰਤੀ ਹੋ ਕੋਈ ਪੁੱਛਦਾ ਬੰਦੇ ਥਾਂ ਕੁੱਤੇ ਬਿੱਲੇ ਜਿੰਨਾ ਮੁੱਲ ਨਹੀਂ ਰਹਾ ਨੀਵੇਂ ਬੇ ਕਬਰੀ ਜੀ ਆਵਾਜ਼ ਤੇ ਦਿਯਾਲੋ ਨੇ ਉਹਦਾ ਮੋਢਾ ਫੜ ਕੇ ਹਲੂਣਿਆ ਕੀ ਗੱਲ ਹੈ ਹਾਂ ਪਹਿਲਾਂ ਵਾਂਗੀ ਉੱਬਲ ਆਹੀ ਉਹ ਬੋਲੀ ਤੇ ਮੂੰਹ ਤੋਂ ਸਲਾਰੀ ਲਾ ਕੇ ਸਗੋਂ ਉਲਟਾ ਦਿਯਾਲੋ ਤੋਂ ਪੁੱਛਿਆ ਕੀ ਗੱਲ ਹੈ ਦਿਯਾਲੋ ਐਤ ਕੀ ਹੋਰ ਖਬਰ ਆ ਗਈ ਉਹਨੂੰ ਕੁਝ ਨਹੀਂ ਓੜਿਆ ਉਹਨੂੰ ਬਾਹੋਂ ਫੜ ਕੇ ਠਾਉਂਦਿਆਂ ਬੋਲੀ ਚੱਲ ਉੱਠ ਅੰਦਰ ਪੈ ਜਾ ਕਿਉਂ ਇੱਥੇ ਮੈਨੂੰ ਕੀ ਹੁੰਦਾ ਬੇਬੇ ਨੇ ਚੁੰਨੀ ਸੂਤ ਕਰਦਿਆਂ ਕਿਆ ਹੁਣ ਤਾਂ ਨੇਰੀ ਆਉਂਦੀ ਕਿ ਕਿ ਆਉਂਦੀ ਐ ਐ ਸਿਆਲ ਚ ਨਹੀਂ ਕਦੇ ਨੇਰੀ ਆਈ ਹੈ ਤੂੰ ਉੱਠ ਕੇ ਖੜੀ ਹੋ ਦਿਆਲੋ ਨੇ ਆਪਣਾ ਸੰਗ ਤੱਕ ਆਇਆ ਗੁਬਾਰ ਜਿਹਾ ਕੁੱਟ ਕੇ ਜਿਵੇਂ ਮਾਂ ਨੂੰ ਛਿੜਕਦਿਆਂ ਕਿਹਾ ਤੇ ਬਾਹੋਂ ਫੜ ਕੇ ਮੱਲੋ ਮੱਲੀ ਉਹਨੂੰ ਖੜੀ ਕਰ ਲਿਆ ਉਵੇਂ ਬਾਹੋਂ ਫੜੀ ਜਦੋਂ ਉਹ ਅੰਦਰ ਲੈ ਜਾ ਰਹੀ ਸੀ ਤਾਂ ਬੇਬੇ ਦਾ ਸਾਰਾ ਸਰੀਰ ਝੋਲੇ ਮਾਰ ਬੰਦਿਆਂ ਵਾਂਗ ਹਿਲਦਾ ਤੇ ਕੰਬਿਆ ਹੋਇਆ ਜਾਪਿਆ ਉਹਦੇ ਸਹਾਰੇ ਨਾਲ ਤੁਰ ਹੀ ਜਾਂਦੀ ਉਹ ਅਜੇ ਵੀ ਕੁਝ ਬੇਸਿਰ ਪੈਰ ਜਿਹੇ ਬੋਲਦੀ ਜਾ ਰਹੀ ਸੀ ਜਿਨ੍ਹਾਂ ਵਿੱਚੋਂ ਪਹਿਲਾਂ ਵਾਂਗ ਹੀ ਸਿਰਫ ਕੁਝ ਸਮਝ ਆ ਰਿਹਾ ਸੀ ਅੰਦਰ ਜਾ ਕੇ ਉਹਨੂੰ ਮੰਜੇ ਤੇ ਲਟਾਇਆ ਤਾਂ ਮੇਲੂ ਦੇ ਬਾਪੂ ਨੇ ਪੁੱਛਿਆ ਕੀ ਗੱਲ ਐ ਕੁਛ ਨਹੀਂ ਗੱਲ ਕੀ ਹੋਣੀ ਸੀ ਮੈਂ ਤਾਂ ਚੰਗੀ ਭਲੀ ਬਾਹਰ ਪਈ ਸੀ ਮੈਨੂੰ ਕਹਿੰਦੀ ਅੰਦਰ ਚੱਲ ਕੇ ਪੈ ਲੈ ਦੱਸ ਕੋਈ ਗੱਲ ਐ ਭਲਾ ਮੇਲੂ ਦਾ ਪਿਓ ਰਤਾ ਰੋਸ ਨਾਲ ਕਰੜੀ ਆਵਾਜ਼ 'ਚ ਬੋਲਿਆ ਹੋਰ ਤੇਰੇ ਉੱਤੇ ਹੀ ਝੁੱਲ ਪਾ ਦਿੰਦੀ ਦੇ ਅਲੋ ਚੁੱਪ ਕਰਕੇ ਸਿਰ ਨਵਾਈ ਬਾਹਰ ਆ ਗਈ ਮੇਲੂ ਦੀ ਬੇਬੇ ਜਿਵੇਂ ਮੇਲੂ ਦੇ ਪਿਓ ਦੇ ਬੋਲਾਂ ਨੂੰ ਉਡੀਕਦੀ ਸੀ ਰਜਾਈ ਖਿੱਚ ਕੇ ਮੂੰਹ ਸਿਰ ਵਲੇਟਦਿਆਂ ਚੁੱਪ ਕਰਕੇ ਇੰਜ ਪੈ ਗਈ ਜਿਵੇਂ ਕਦੋਂ ਦੀ ਸੁੱਤੀ ਪਈ ਹੋਵੇ ਤੂੰ ਸੱਚ ਉਧਰ ਗਈ ਸੀ ਕੀ ਗੱਲ ਸੀ ਲੱਗਿਆ ਕੋਈ ਪਤਾ ਬਿੰਦਕੂ ਪਿੱਛੋਂ ਮੇਲੂ ਦੇ ਬੱਪੂ ਨੇ ਪੁੱਛਿਆ ਤਾਂ ਉਹਨੂੰ ਅੱਗੋਂ ਕੋਈ ਜਵਾਬ ਨਹੀਂ ਮਿਲਿਆ ਉਹ ਫੇਰ ਵੀ ਨਹੀਂ ਬੋਲਿਆ ਉਹਨੂੰ ਮੁੜ ਕੇ ਸਾਹ ਓਖਾਣ ਲੱਗ ਪਿਆ ਸੀ ਸ਼ਾਇਦ ਫੇਰ ਖੰਗ ਛਿੜ ਪਏ ਦੇ ਆਲੋ ਰੋਟੀਆਂ ਵਾਲਾ ਥੱਬਾ ਚੁੱਕ ਕੇ ਅੰਦਰ ਲਈ ਤੇ ਕਿੱਲੀ ਨਾਲ ਲਟਕਾਣ ਲਾਲ ਟੈਨ ਪੱਕ-ਪੱਕ ਕਰਨ ਲੱਗ ਪਈ। ਪਲਕੂ ਪਿੱਛੋਂ ਉਹਦੇ ਚੋਂ ਇੱਕ ਲਾਟ ਨਿਕਲੀ ਤੇ ਪਭੱਕ ਕਰਕੇ ਬੁਝ ਗਈ। ਇੱਕਦਮ ਇਹਨਾ ਸੰਘਣਾ ਨੇਰਾ ਹੋ ਗਿਆ ਕਿ ਬਿੰਦ ਦਾ ਬਿੰਦ ਕੁਝ ਵੀ ਨਜ਼ਰ ਨਹੀਂ ਆਇਆ। ਇਹ ਵੀ ਵਿਸਰ ਗਿਆ ਕਿ ਲਾਲ ਟੈਨ ਉਹਨੇ ਕਿਹੜੇ ਪਾਸੇ ਟੰਗੀ ਹੋਈ ਸੀ। ਛਾਬਾਂ ਪੁੰਜੇ ਰੱਖ ਕੇ ਹੌਲੀ-ਹੌਲੀ ਕੰਧ ਨੂੰ ਟੋਂਦਿਆਂ ਲਾਲ ਟੈਨ ਲੱਪਣ ਲੱਗੀ। ਉਹਦੇ ਚੋਂ ਦੀ ਮਿੱਟੀ ਤੇ ਤੇਲ ਦੀ ਸੜਾਂਦ ਨੱਕ ਨੂੰ ਚੜ ਗਈ। ਜਦੋਂ ਚੁੱਲ੍ਹੇ ਮੂਰੇ ਬੈਠੀ ਤੇ ਛਿੱਟੀ ਦੇ ਡੱਕੇ ਬਾਹਲ-ਬਾਲ ਕੇ ਕਿੰਨੀ ਵਾਰੀ ਜਗਾਉਣ ਬੁਝਾਉਣ ਪਿੱਛੋਂ ਲਾਲਟੈਣ ਲੈ ਕੇ ਅੰਦਰ ਆਈ ਤਾਂ ਚਿੰਦਾ ਉੱਠ ਕੇ ਬੈਠ ਗਿਆ। ਉਹਦੇ ਚਿਹਰੇ ਉੱਤੇ ਅਜੇ ਵੀ ਸਹਿਮੀ ਦੀ ਪਲਤਣ ਸੀ। ਦਿਆਲੋ ਨੂੰ ਕਿੱਲੀ ਉੱਤੇ ਲਾਲਟੈਣ ਟੰਗ ਦਿਓ ਇੰਜ ਵੇਖ ਰਿਹਾ ਸੀ ਜਿਵੇਂ ਦਿਆਲੋ ਕੋਈ ਭੂਤ ਪ੍ਰੇਤ ਹੋਵੇ। ਨੀ ਭੈਣੇ ਰੋਟੀ ਪਕਾ ਲਈ। ਉਹਨੇ ਹੌਸਲਾ ਕਰਕੇ ਪੁੱਛਿਆ ਪਰ ਲਾਲਟੈਣ ਦੀ ਕਾਲੀ ਹੋਈ ਚਿਮਨੀ ਵਿੱਚ ਅਜੇ ਵੀ ਉਹਨੂੰ ਨਿਗਾ ਗੱਡੀ ਹੋਈ ਸੀ। ਹਾਂ ਦੰਨੀ ਐ। ਦਿਆਲੋ ਲਾਲਟੈਣ ਵੇਂਦੀ ਵੇਂਦੀ ਪਛਾਹ ਮੁੜੀ ਤਾਂ ਛਾਬੇ 'ਚ ਉਹਦਾ ਪੈਰ ਵੱਜਿਆ ਤੇ ਪਲੇਥਣ ਵਾਲਾ ਕੋਲਾ 부ੜਕ ਗਿਆ। ਕੀ ਹੋ ਗਿਆ ਦੇ ਬਾਹੂ ਨੇ ਬਾਪੂ ਨੇ ਉਬੜਵਾਹਾਈ ਪੁੱਛਿਆ ਕੁਛ ਨਹੀਂ ਬਾਪੂ ਪਰ ਉਹਦੇ ਬਾਪੂ ਦਾ ਸਾਹ ਹੋਰ ਖਿੱਚਵਾ ਹੋ ਗਿਆ ਸੀ ਦਿਯਾਲੋ ਨੇ ਛਾਬਾ ਚੁੱਕ ਕੇ ਭਾਂਡਿਆਂ ਵਾਲੀ ਟਾਂਡ ਤੇ ਰੱਖ ਦਿੱਤਾ ਡੇਲਿਆਂ ਦੇ achar ਵਾਲਾ ਕੂਝਾ ਲੱਬਿਆ ਤੇ ਟਾਂਡ ਕੋਲ ਬਹਿ ਕੇ ਰੋਟੀ ਪਕਾਉਣ ਲੱਗ ਪਈ ਪਰ ਅਚਾਨਕ ਉਹਨੂੰ ਖਿਆਲ ਆਇਆ ਕਿ ਉਹਨੇ ਬੇਬੇ ਦਾ ਲਿਆਂਦਾ ਛੋਲਿਆਂ ਦਾ ਸਾਗ ਹੀ ਕੁੱਟਿਆ ਸੀ ਨਾ ਕੋਈ ਦਾਲ ਧਰੀ ਸੀ ਦਾਲ ਖਬਰੇ ਹੈ ਵੀ ਸੀ ਕਿ ਨਹੀਂ ਤੇਲ ਵਾਲੇ ਡੇਲੇ ਬਾਪੂ ਨੂੰ ਦੇਣਾ ਨਹੀਂ ਸੀ ਚਾਹੁੰਦੀ ਇਹ ਸੋਚਦੇ ਹੀ ਉਹਦਾ ਚਿੱਤ ਹੋਰ ਨਟਾਲ ਹੋ ਗਿਆ ਬਾਪੂ ਤੂੰ ਗੁੜ ਨਾਲ ਰੋਟੀ ਖਾ ਲੇਗਾ ਨਤੀਮੀਵਾਸ ਚ ਪੁੱਛਿਆ ਮੇਲੂ ਦਾ ਬਾਪੂ ਖੰਗਿਆ ਤੇ ਫਿਰ ਜਾਪਿਆ ਕਿ ਬਿੰਤੀ ਚੁੱਪ ਦਿਯਾਲੋ ਨੂੰ ਅਸਹਿ ਹੋ ਗਈ ਸੀ ਰਤਾਕਰਾਰ ਨਾਲ ਬੋਲਿਆ ਕੋਈ ਨਹੀਂ ਪੁੱਤ ਮੈਂ ਤਾਂ ਰੁੱਖੀ ਖਾ ਲੂੰ ਮਾੜਾ ਜਿਹਾ ਲੂਣ ਬਰੂਰ ਦੀ ਨਾਲੇ ਉਹਦੇ ਖੰਗ ਨੂੰ ਫਾਇਦਾ ਰਹੂ ਦਿਯਾਲੋ ਵਿੱਚ ਬੋਲਣ ਦੀ ਸੱਤਿਆ ਨਹੀਂ ਸੀ ਦੋ ਰੋਟੀਆਂ ਉੱਤੇ ਬੇਬੇ ਦੇ ਲਿਆਂਦੇ ਹੋਏ ਗੁੜ ਦੀਆਂ ਦੋ ਡਲੀਆਂ ਰੱਖ ਕੇ ਰੋਟੀ ਫੜਾਉਣ ਲੱਗੀ ਤਾਂ ਮੇਲੂ ਦੇ ਬਾਪੂ ਨੇ ਪੁੱਛ ਲਿਆ ਤੇਰੀ ਬੇਬੇ ਨੂੰ ਦੇਤੀ ਉਹ ਤਾਂ ਸੁੱਤੀ ਪਈ ਐ ਮੇਲੂ ਦੇ ਬਾਪੂ ਨੇ ਚੁੱਪ ਕਰਕੇ ਰੋਟੀਆਂ ਹੱਥ ਤੇ ਧਰਾ ਲਈਆਂ ਦੋ ਰੋਟੀਆਂ ਦਿਆਲੋਂ ਨੇ ਡੇਲਿਆਂ ਦਾ ਚਾਹ ਰੱਖ ਕੇ ਛਿੰਦੇ ਨੂੰ ਫੜਾ ਦਿੱਤੀਆਂ ਉਹਨੋਂ ਵੀ ਗੁੜ ਦੀ ਝਾਕ ਕਰਦਿਆਂ ਵੇਖ ਕੇ ਸਿਰ ਦੇ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਮਗਰੋਂ ਲੈ ਲਈ ਉਹ ਕੁੱਤੇ ਝਾਕ ਵਿੱਚ ਪਹਿਲਾਂ ਰੋਟੀਆਂ ਫੜ ਕੇ ਬਿੰਦ ਦਾ ਬਿੰਦ ਰੁੱਸਿਆ ਜਿਹਾ ਬੈਠਿਆ ਰਿਹਾ ਪਰ ਦਿਆਲੋਂ ਦੇ ਪਿੱਠ ਮੋੜਦਿਆਂ ਹੀ ਵੱਡੇ ਵੱਡੇ ਬੁਰਕ ਤੋੜ ਕੇ ਰੁੱਖੀ ਹੀ ਖਾਣ ਲੱਗ ਪਿਆ ਦਿਆਲੋਂ ਮੁੜ ਛਾਬੇ ਕੋਲ ਆ ਬੈਠੀ ਉਸ ਦੋ ਵਾਰ ਭੌਂ ਕੇ ਬੇਬੇ ਵੱਲ ਦੇਖਿਆ ਪਰ ਬੁਲਾਇਆ ਨਹੀਂ ਬੇਬੇ ਨੇ ਵੀ ਉਹਨੂੰ ਦੂਜੀ ਵਾਰ ਜ਼ੋਰ ਦੇ ਕੇ ਨਹੀਂ ਕਿਹਾ ਕਿ ਉਹਨੂੰ ਜਗਾ ਕੇ ਰੋਟੀ ਖਵਾ ਦੇਵੇ ਆਪ ਤਾਂ ਦਿਆਲੋ ਦੀ ਜਿਵੇਂ ਜੀਵੀ ਤਾਲੂਏ ਨਾਲ ਜੁੜ ਗਈ ਸੀ ਇਸ ਚੁੱਪ ਕਰਕੇ ਜਾਂ ਖਬਰੇ ਕਿਸੇ ਹੋਰ ਕਾਰਨ ਉਹ ਆਪਣੇ ਕਲੇਜੇ ਨੂੰ ਇੰਜ ਖੋ ਜਾਈ ਪੈਂਦੀ ਮਹਿਸੂਸ ਕਰ ਰਹੀ ਸੀ ਕਿ ਬੀ ਪੱਛੀ ਲੱਤਾਂ ਵਾਲਾ ਕੋਈ ਕੰਨ ਖਜੂਰਾ ਨੋਦਰਾਂ ਖਬੋ ਰਿਹਾ ਹੋਵੇ ਬਾਪੂ ਤੇ ਛਿੰਦੇ ਦੇ ਅਜੀਬ ਜਿਹੇ ਪਚਾਕਿਆਂ ਨਾਲੇ ਖੋ ਹੋਰ ਵੀ ਵੱਧਦੀ ਲੱਗੀ ਸੰਗ یوں ਕੁੱਟਿਆ ਗਿਆ ਮਹਿਸੂਸ ਹੋਇਆ ਜਿਵੇਂ ਗੋਲ ਕੋਟੂ ਬੇਰ ਖਾਦੇ ਹੋਣ ਬਿਨਾਂ ਹੋਰ ਰੋਟੀ ਪੁੱਛਿਆ ਹੀ ਉਹ ਬਾਹਰ ਆ ਗਈ ਰਾਤ ਨਿਖਰੀ ਹੋਈ ਸੀ ਉਹ ਛੱਪੜ ਦੀ ਥੰਮੀ ਨੂੰ ਹੱਥ ਪਾ ਕੇ ਫੀਨੇ ਦੇ ਘਰ ਵੱਲ ਮੂੰਹ ਕਰਕੇ یوں ਖੜ ਗਈ ਜਿਵੇਂ ਕਿਸੇ ਨੂੰ ਉਡੀਕ ਰਹੀ ਹੋਵੇ ਕੁਝ ਚਿਰ ਉងਜੀ ਸੁੰਨੀ ਜਈ ਖੜੋਤੀ ਰਹੀ ਫਿਰ ਉਹਨੂੰ ਫਿੜਕੇ ਵਾਲੇ ਪਾਸਿਓਂ ਜਰਕਾਟਾ ਸੁਣਿਆ ਤਾਂ ਤਰਬਕ ਪਈ ਪਿਛਾਂ ਭੌਂ ਕੇ ਵੇਖਿਆ ਲੱਭੂ ਬੋਤੀ ਦੀ ਮੁਹਾਰ ਫੜੀ ਤੁਰਿਆ ਆਉਂਦਾ ਸੀ ਤੇ ਪਲ ਦਾ ਪਲ ਨਿਗਾ ਟਿਕਾ ਕੇ ਵੇਂਦੀ ਰਹੀ ਫਿਰ ਅਚਾਨਕ یوں ਲੱਗਿਆ ਜਿਵੇਂ ਆਕਾਸ਼ ਉੱਤੋਂ ਕੋਈ ਵਬਾਨ ਉੱਡਿਆ ਜਾ ਰਿਹਾ ਹੋਵੇ ਪਰ ਅਗਲੇ ਪਲ ਕਲਾਕਾਰ ਮੁੜ ਕੇ ਉਹ ਵੀ ਦੱਸਿਆ ਤੇ ਫਿਰ ਜਿਵੇਂ ਭਾਦੋ ਦੇ ਮਹੀਨੇ ਤੇ ਚਿੱਟੇ ਪੂਰੇ ਬੱਦਲ ਆਪਣੇ ਆਕਾਰ ਬਦਲਦੇ ਹਨ ਮਾਨਸੂ ਮਾਨਸੂ ਕਰਦਾ ਉਹ ਦਿਓ ਬਣ ਗਿਆ ਦਿਆਲੋ ਦੇ ਮੂੰਹੋਂ ਚੀਕ ਨਿਕਲਦੀ ਮਸਾਂ ਬੱਚੀ ਹੱਥ ਪੈਰ ਝੁੱਠੇ ਪੈ ਗਈ ਚੁੰਨੀ ਬੋਚਦੀ ਕਾਲ ਕਦਮੀ ਅੰਦਰ ਮੁੜਾਈ ਛਿੰਦਾ ਉਹ ਦੋ ਰੋਟੀਆਂ ਖਾ ਕੇ ਬਿਨਾਂ ਗੁੜ ਦੀ ਰਹਾੜ ਕੀਤੀਆਂ ਰਜਾਈ ਚ ਮੂੰਹ ਸਿਰ ਬਲੇਟ ਕੇ ਪੈ ਗਿਆ ਸੀ ਬਾਪੂ ਵੀ ਮੂੰਹ ਤਾਣੇ ਲੇਟਿਆ ਛੱਤਵਾਲ ਚਾਕੀ ਜਾਂਦਾ ਸੀ ਉਸੇ ਉਪ੍ਰੀਤਿਕ ਨੇ ਫਿਰ ਦਿਆਲੋ ਦਾ ਸੰਗ ਕੁੱਟ ਲਿਆ ਬਾਪੂ ਨੂੰ ਵੀ ਹੋਰ ਕੋਈ ਰੋਟੀ ਨਾ ਪੁੱਛ ਸਕੀ ਛਾਬਾ ਚੁੱਕ ਕੇ ਟਾਂਡ ਤੇ ਰੱਖ ਦਿੱਤਾ ਉਸੇ ਵੇਲੇ ਬਾਹਰ ਫਿੜਕੇ ਦਾ ਖੜਾਕ ਸੁਣਿਆ ਤਾਂ ਬਾਪੂ ਨੇ ਪੁੱਛਿਆ ਪੁੱਤਰ ਬਾਹਰ ਵੇਖ ਤਾਂ ਕੋਣਾ ਪਰ ਦਿਆਲੋ ਦੇ ਦੱਸਣ ਤੋਂ ਪਹਿਲਾਂ ਹੀ ਲੱਭੂ ਦੀ ਧੋੜੀ ਦੀ ਜੁੱਤੀ ਦੀ ਖੜਪ ਖੜਪ ਸੁਣ ਕੇ ਮੇਲੂ ਦੇ ਬਾਪੂ ਨੂੰ ਚੁੱਪ ਕਰਕੇ ਵਿੜਕ ਲੈਣ ਲੱਗ ਪਿਆ ਕਿਉਂ ਬਾਈ ਕਿੱਤੀ ਕੋਈ ਰਹਿ ਲੱਬੂ ਨੇ ਅੰਦਰ ਆਉਂਦਾ ਹੀ ਪੱਗ ਦੇ ਲੜ ਨਾਲ ਆਪਣੀ ਗਿੱਲੀ ਅੱਖ ਪੂੰਜੀ ਤੇ ਪਲਦਾ ਪਲ ਸਾਰੇ ਟੱਬਰ ਨੂੰ ਚੁੱਪਚਾਪ ਪਿਆ ਦੇਖ ਕੇ ਉਪਰੋਂ-ਉਪਰਾਂ ਝਾਕਦਿਆਂ ਮੇਲੂ ਦੇ ਬਾਪੂ ਦੇ ਮੰਜੇ ਕੋਲ ਆ ਗਿਆ ਕੀ ਗੱਲ ਹੁਣੇ ਪੈਗੇ ਉਹਨੇ ਗੱਲ ਦਾ ਰੁਖ ਬਦਲ ਕੇ ਫੇਰ ਪੁੱਛਿਆ ਐਵੇਂ ਹੀ ਮੇਲੂ ਦੇ ਬਾਪੂ ਨੇ ਕਿਹਾ ਤੇ ਉੱਠ ਕੇ ਬੈੰਦਿਆਂ ਬੋਲਿਆ ਤੂੰ ਹੁਣੇ ਤੁਰਨ ਲੱਗਿਆ ਹਾਂ ਬਸ ਲਾਲੇ ਦੀਆਂ ਬੋਰੀਆਂ ਹੀ ਲੱਦਣੀਆਂ ਬਹੁਤੀ ਮੇਰੀ ਬਾਹਰ ਹੀ ਖੜੀ ਐ ਕਿਉਂ ਫੇਰ ਬਣਦੀ ਐ ਕੋਈ ਰਹਿ ਮੇਲੂ ਦੇ ਬਾਪੂ ਨੇ ਪੁਆਨ ਦੀ ਬੈਠਦਿਆਂ ਨੇ ਢਾਲ ਹੋਈ ਪਈ ਮੇਲੂ ਦੀ ਮਾਂ ਨੂੰ ਤੱਕ ਕੇ ਲੱਭੂ ਨੇ ਕਿਹਾ ਮੈਂ ਤਾਂ ਕਹਿਣਾ ਬਾਈ ਚੱਲ ਮੇਰੇ ਨਾਲ ਕੱਲ ਦਾ ਦਿਨ ਉੱਥੇ ਰਹਾਂਗੇ ਜੇ ਮੁੰਡਿਆਂ ਦਾ ਕੰਮ ਸੁਰਕ ਸਿਰ ਨਾ ਲੱਗਿਆ ਤਾਂ ਆਤਣੇ ਮੁੜ ਕੇ ਪਿੰਡ ਆ ਜਾਾਂਗੇ ਆਪਾਂ ਨੂੰ ਐ ਬੰਨ ਕੇ ਤਾਂ ਨਹੀਂ ਰੱਖ ਲੂ ਕੋਈ ਉੱਥੇ ਠੀਕ ਐ ਨਾ ਬਾਈ ਹੈ ਤੇਰਾ ਕੀ ਨਾ ਆਪਦਾ ਮੇਲੂ ਦਾ ਬਾਪੂ ਖੰਗਣ ਲੱਗ ਪਿਆ ਲੱਭੂ ਤਾੜਦਾ ਰਿਹਾ ਤੇ ਅੱਗੋਂ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਮੇਲੂ ਦੀ ਬੇਬੇ ਨੂੰ ਮੋਹ ਸਿਰ ਬਲੇਟੀ ਪਿਆ ਦੇਖ ਕੇ ਲੱਭੂ ਨੂੰ ਜੀ ਸ਼ੱਕ ਹੋਇਆ ਤੇ ਪੁੱਛਦਾ ਪੁੱਛਦਾ ਰਹਿ ਗਿਆ ਕਿ ਉਹ ਢਿੱਲੀ ਤਾਂ ਨਹੀਂ ਸੀ ਚਾਹ ਚੂਤਾ ਨਹੀਂ ਪੀਣੀ ਮੇਲੂ ਦੇ ਬਾਪੂ ਨੇ ਲੱਭੂ ਨੂੰ ਅਚਨ ਚੇਤੀ ਪੁੱਛ ਲਿਆ ਚਾਹ ਐਵੇਂ ਸਿਰ ਚ ਲੱਗ ਜੂ ਮੈਂ ਤਾਂ ਕਹਿੰਦਾ ਸੀ ਤੁਰਿਏ ਚਿਰ ਕਾ ਨੂੰ ਲਾਉਣਾ ਇੱਥੇ ਨਹੀਂ ਕੋਈ ਨਹੀਂ ਠੰਡ ਖਾਸੀ ਹੈ ਨਾਲੇ ਅਜੇ ਤਾਂ ਸਾਰੀ ਰਾਤ ਪਈ ਹੈ ਸ਼ਹਿਰ ਕਿਹੜਾ 2:00 ਵਾਟ ਹੈ ਅੱਧ ਦਪਹਿਰ ਦੀ ਵਾਟ ਨਹੀਂ ਦਿਆਲੋ ਪੁੱਤ ਤਾਰੀ ਲੈ ਚਾਹ ਤਾਂ ਘੁੱਟ ਕੋ ਬਾਪੂ ਦੀ ਗੱਲ ਸੁਣਦਿਆਂ ਹੀ ਦਿਆਲੋ ਚਾਹ ਤਰਨਾਸਤੇ ਆਹਰ ਕਰਨ ਲੱਗ ਪਈ ਉਹਦਾ ਚਿੱਤ ਜਿਵੇਂ ਕਾਲਾ ਪਈ ਜਾ ਰਿਹਾ ਸੀ ਤੇ ਕਿਸੇ ਨਾ ਕਿਸੇ ਬਹਾਨੇ ਕੱਲੀ ਹੋ ਕੇ ਬਹਿਣਾ ਚਾਹੁੰਦੀ ਸੀ ਬਾਹਰ ਲੱਭੂ ਦੀ ਬੋਤੀ ਫਿੜਕੇ ਕੋਲ ਖੜੋਤੀ ਉਗਾਲਾ ਕਰਦੀ ਡਰੋਣੀ ਜਹੀ ਲੱਗ ਰਹੀ ਸੀ ਅੰਦਰ ਲੰਬੂ ਨੇ ਲੰਬੀਆਂ ਲੰਬੀਆਂ ਕਹਾਣੀਆਂ ਛੇੜ ਲਈਆਂ ਸਨ ਮੇਲੂ ਦੇ ਬਾਪੂ ਦਾ ਉਹਦੀਆਂ ਗੱਲਾਂ 'ਚ ਹੰਗਾਰਾ ਪੜਦੇ ਆ ਵੀ ਕੋਈ ਧਿਆਨ ਨਹੀਂ ਸੀ ਉਹ ਸੋਚਾਂ 'ਚ ਡੁੱਬਿਆ ਡੂੰਗੇ ਵੈਣੀ ਪੈ ਗਿਆ ਸੀ ਇਨ੍ਹਾਂ ਸੋਚਾਂ 'ਚ ਵੈੰਦਿਆਂ ਇੱਕ ਵਾਰੀ ਉਹਨੂੰ ਯੂਨ ਲੱਗਿਆ ਜਿਵੇਂ ਉਹਨੂੰ ਕਾਟ ਕਰ ਦਿੱਤਾ ਗਿਆ ਹੋਵੇ ਆਪਣੀਆਂ ਲੱਤਾਂ ਦੀ ਕਰੀਰ ਕਾਣੀ ਵਾਂਗ ਕੁੜਦੀਆਂ ਲੱਗੀਆਂ ਤੇ ਫੇਰ ਉਹਨੂੰ ਸਹਿਮਿਆ ਜਿਹਾ ਉੱਠ ਕੇ ਖੜਾ ਹੋ ਗਿਆ ਕੀ ਗੱਲ ਐ ਨੱਬੂ ਨੇ ਆਪਣੀ ਗੱਲ ਦੀ ਲੜੀ ਤੋੜਦਿਆਂ ਕਿਹਾ ਕੁਛ ਨਹੀਂ ਬਸ ਆਇਆ ਤੇ ਮੇਲੂ ਦਾ ਬਾਪੂ ਖੇਸ ਦੀ ਬੁੱਕਲ ਮਾਰ ਕੇ ਬਾਹਰ ਨੂੰ ਤੁਰ ਗਿਆ ਚਾ ਤਾਂ ਬਣ ਗਈ ਬਾਪੂ ਦਿਆਲੋ ਨੇ ਉਹਨੂੰ ਬਾਹਰੋਂਦਿਆਂ ਦੇਖ ਕੇ ਕਿਹਾ ਪਰ ਮੇਲੂ ਦਾ ਪਿਓ ਹੌਲੀ-ਹੌਲੀ ਦੇਣੇ ਦਿਆਲੋ ਕੋਲ ਆ ਕੇ ਧੀਮੀ ਜਿਹੀ ਆਵਾਜ਼ 'ਚ ਬੋਲਿਆ ਮੈਂ ਫੇਰ ਜਾਵਾਂ ਪੁੱਤ ਲੱਭੂ ਨਾਲ ਦੇ ਆਲੋ ਨੇ ਜਿਵੇਂ ਗੱਲ ਦੀ ਸਮਝ ਨਾ ਪਈ ਹੋਵੇ ਬਾਪੂ ਵੱਲ ਤੱਕ ਦੇ ਕੁਝ ਹੈਰਾਨ ਬੈਠੀ ਰਹੀ ਚੁੱਲ੍ਹੇ 'ਚ ਅੱਗ ਦੀ ਮੱਦਮ ਹੋਈ ਲੋ ਵਿੱਚ ਉਹਦਾ ਚਿਹਰਾ ਬੇਪਛਾਣ ਹੋਇਆ ਦੱਸਿਆ ਹਾਂ ਪੁੱਤ ਕੀ ਸਲਾਹ ਹੈ ਤੇਰੀ ਬਾਪੂ ਨੇ ਫੇਰ ਪੁੱਛਿਆ ਹੁਣ ਤਾਂ ਮੈਂ ਸੀਗੇ ਨਾਲ ਜਾਂਦਾ ਰਹੂੰ ਕੱਲ ਨੂੰ ਤਾਂ ਆਹਰ ਹੀ ਨਹੀਂ ਆਉਣਾ ਹੈ ਕੋਲਿਆਂ ਵਿੱਚ ਚਾਹ ਪੌਂ ਕੋਲਿਆਂ ਵਿੱਚ ਚਾਹ ਪੌਂਦੀ ਦਿਯਾਲੋ ਦੀ ਜੀਬ ਮੁੜ ਕੇ ਤਾਲੂਏ ਨਾਲ ਲੱਗ ਗਈ ਤੇ ਸੰਗ 'ਚ ਉਹ ਸਾਹ ਘਸਰ ਕੇ ਆਉਣ ਲੱਗ ਪਿਆ ਫੇਰ ਕਿਵੇਂ ਸਲਾਹ ਹੈ ਪੁੱਤ ਦੇਖ ਲੈ ਬਾਪੂ ਜਿਵੇਂ ਥੋਡੀ ਮਰਜ਼ੀ ਤੇ ਦਿਆਲੋ ਦਾ ਗੱਜ ਘਰ ਆਇਆ ਦੇਖਣ ਨੂੰ ਕੀ ਹੈ ਜੇ ਮੇਲੂ ਨੇ ਕੋਈ ਰਹਿ ਦਿੱਤੀ ਤਾਂ ਸਲਾਹ ਕਰਕੇ ਉੱਥੇ ਹੀ ਚੱਲਦੇ ਰਹਾਂਗੇ ਨਹੀਂ ਤਾਂ ਘਲ ਆਥਣ ਤਾਈ ਮੈਂ ਲੱਬੂ ਦੇ ਨਾਲ ਹੀ ਆਜੂ ਫਿਰ ਮੈਂ ਉੱਥੇ ਕਰਨਾ ਕੀ ਹੈ ਹੈ ਦਿਆਲੋ ਨੇ ਫਿਰ ਕੁਝ ਨਹੀਂ ਕਿਹਾ ਤੇ ਚੰਗਾ ਕਹਿ ਕੇ ਚੁੱਪ ਕਰ ਗਈ ਮੇਲੂ ਦਾ ਬਾਪੂ ਬਿੰਦ ਦਾ ਬਿੰਦ ਚੁੱਪ ਕਰ ਗਿਆ ਫਿਰ ਸੰਗ ਕਰੋੜ ਦਾ ਖਿੱਚਵੇ ਸਾਹ ਨਾਲ ਬੋਲਿਆ ਜੇ ਨਹੀਂ ਸਲਾਹ ਤਾਂ ਮੈਂ ਨਹੀਂ ਜਾਂਦਾ ਕਾਨੂੰ ਬਾਪੂ ਜਾਇਆ ਦਿਆਲੋ ਦੇ ਮੂੰਹੋਂ ਇਹ ਸ਼ਬਦ ਆਪ ਮੁਹਾਰੇ ਹੀ ਨਿਕਲ ਗਏ ਪਰ ਉਸੇ ਵੇਲੇ ਬਾਪੂ ਨੂੰ ਖੰਗ ਛਿੜ ਪਈ ਸਿਰ ਫੜ ਕੇ ਬੈਠਾ ਖੰਗਦਾ ਰਿਹਾ ਜਦੋਂ ਸਾਹ ਕੁਝ ਟਿਕਿਆ ਤਾਂ ਦਿਆਲੋ ਨੇ ਉਹਨੂੰ ਉੱਥੇ ਹੀ ਚਾਹ ਵਾਲਾ ਕੋਲਾ ਫੜਾ ਦਿੱਤਾ ਤੇ ਉਹਨੂੰ ਖੰਗਦਾ ਸੁਣ ਕੇ ਲੱਭੂ ਵੀ ਬਾਹਰ ਆ ਗਿਆ ਚੁੱਲ੍ਹੇ ਮੂਰੇ ਬੈਠ ਕੇ ਛੀਟੀ ਦੇ ਡੱਕੇ ਨਾਲ ਅੱਗ ਫਰੋਲਦਿਆਂ ਬੋਲਿਆ ਕਰ ਲਈ ਫੇਰ ਬਾਬੂ ਨਾਲ ਸਲਾਹ ਐਂ ਗੱਲ ਹੈ ਭਾਈ ਇੱਥੇ ਪਿੰਡ 'ਚ ਰਹਿਣ ਦਾ ਕੋਣ ਹੋਈ ਹੱਜ ਨਹੀਂ ਸੋਚਿਆ ਭਾਈ ਜੇ ਮੁੰਡੇ ਨਾਲ ਲੜਫੜਾਉਣਗੇ ਤਾਂ ਆਪ ਦਾ ਕੋਈ ਮਜ਼ਦੂਰੀ ਕਰਕੇ ਖਾ ਲਾਂਗੇ ਅਜੇ ਤਾਂ ਨੈਣ ਪ੍ਰਾਣ ਚੱਲਦੇ ਐ ਪਿੰਡ ਚ ਸਾਹੂ ਹੁਣ ਵਸੇਵਾ ਨਹੀਂ ਰਿਹਾ ਇੱਥੇ ਤਾਂ ਹਰ ਲੰਡਾ ਲੁੱਚੀ ਚੌਧਰੀ ਬਣਿਆ ਫਿਰਦਾ ਹੈ ਹੈ ਕਿ ਨਹੀਂ ਹੈ ਬਾਈ ਨਾਲੇ ਆਪਣਾ ਹੈ ਵੀ ਕੀ ਇੱਥੇ ਪਰ ਦਿਆਲੋਂ ਨੂੰ ਚਾਹਲਾ ਕੋਲਾ ਫੜਾ ਕੇ ਚੁੱਪ ਕੀਤੀ ਅੰਦਰ ਚਲੀ ਗਈ ਉਹਦੀ ਗੱਲ ਦਾ ਹੁੰਗਾਰਾ ਉਹ ਭਰੀ ਨਾ ਸਕੀ ਲੱਭੂ ਤੱਤੀ ਚਾਹ ਤੇ ਵੱਡੇ ਵੱਡੇ ਸੜਾਕੇ ਮਾਰਦਾ ਬੋਲੀ ਗਿਆ ਮੇਲੂ ਦੇ ਪਿਓ ਨੇ ਵੀ ਕੋਈ ਜਵਾਬ ਨਾ ਦਿੱਤਾ ਜਦੋਂ ਚੁੱਲ੍ਹੇ ਮੂਰੇ ਉੱਠ ਕੇ ਤੁਰਨ ਲੱਗੇ ਤਾਂ ਮੇਲੂ ਦੇ ਬਾਪੂ ਨੇ ਦਿਆਲੋਂ ਨੂੰ ਆਵਾਜ਼ ਮਾਰੀ ਉਹ ਬਾਹਰ ਆਈ ਤਾਂ ਪਹਿਲਾਂ ਨਾਲੋਂ ਧੀਮੀ ਆਵਾਜ਼ ਚੋਂ ਨੇ ਫੇਰ ਪੁੱਛਿਆ ਮੈਂ ਫੇਰ ਜਾਂਦਾ ਰਹਾਨਾ ਪੁੱਤ ਜਾਂਦਾ ਰਹਾ ਬਾਪੂ ਐਤ ਕੀ ਦਿਆਲੋ ਦੀ ਆਵਾਜ਼ ਅਡੋਲ ਸੀ ਉਹਨੇ ਪੈਰੀ ਅੰਦਰ ਮੁੜ ਗਈ ਤੇ ਦੂਜਾ ਖੇਸ ਲਿਆ ਕੇ ਫੜਾਉਂਦਿਆਂ ਬੋਲੀ ਬਾਪੂ ਠੰਡ ਵਾਲੀ ਐ ਆ ਵੀ ਲੈ ਜਾ ਅੱਜ ਕਿਹੜੀ ਠੰਡ ਐ ਭਾਈ ਬੀਬੋ ਲੱਭੂ ਨੇ ਜਵਾਬ ਦਿੱਤਾ ਮੇਰੇ ਕੋਲੇ ਹੈਗਾ ਇੱਕ ਪੂਰਾ ਜਿਹਾ ਜੇ ਲੋੜ ਪਈ ਤਾਂ ਮੈਂ ਦੇ ਦੂੰ ਤੇਰੇ ਬਾਪੂ ਨੂੰ ਨਾਲੇ ਆਹ 2 ਘੰਟਿਆਂ ਤਾਈਂ ਅਸੀਂ ਘਰ ਉੱਪੜ ਜਾਾਂਗੇ ਹੈ ਘਰ ਜਾ ਕੇ ਫੇਰ ਕਾਦੀ ਤਕਲੀਫ਼ ਐ ਹੈ ਕਿ ਨਾ ਬਾਈ ਉਹਦੀ ਗੱਲ ਵੱਲ ਧਿਆਨ ਕੀਤੇ ਬਿਨਾ ਮੇਲੂ ਦੇ ਬਾਪੂ ਨੇ ਖੇਸ ਦੀ ਬੁੱਕਲ ਮਾਰੀ ਦਾ ਚੁੱਪ ਕਰਕੇ ਤੁਰ ਪਿਆ ਪਰ ਵਿੜੇ ਵਿਚਕਾਰੋਂ ਫੇਰ ਮੁੜ ਪਿਆ ਦਿਆਲੋ ਅਜੇ ਚੁੱਲ੍ਹੇ ਅੱਗ ਗਈ ਖੜੋਤੀ ਸੀ ਉਹਦੇ ਨੇੜੇ ਆ ਕੇ ਭੇਤ ਭਰੀ ਆਵਾਜ਼ ਚ ਬੋਲਿਆ ਆਪਦੀ ਬੇਬੇ ਨੂੰ ਨਾ ਦੱਸੀ ਪੁੱਤਰ ਜੇ ਪੁੱਛੇ ਤਾਂ ਆਖੀ ਪੰਚਾਇਤ ਨੇ ਇਕੱਠ ਕੀਤਾ ਸੀ ਉੱਥੇ ਗਿਆ ਦੇ ਆਲੋ ਨੇ ਸਿਰ ਹਲਾ ਦਿੱਤਾ ਪਰ ਉਸ ਵੇਲੇ ਮੂੰਹ 'ਚ ਚੁੰਨੀ ਦਾ ਪੱਲਾ ਲੈ ਕੇ ਚੁੱਲ੍ਹੇ ਦੇ ਉਤਲੇ ਵਾਲੇ ਆਲੇ ਵਿੱਚ ਜਗਦੇ ਸਰੋਂ ਦੇ ਤੇਲ ਦੇ ਦੀਵੇ ਦੀ ਬੱਤੀ ਉੱਚੀ ਕਰਨ ਲੱਗ ਪਈ ਪਰ ਤੇਲ ਮੁੱਕਿਆ ਹੋਣ ਕਰਕੇ ਉਹਦੇ 'ਚ ਚਿਰੜ-ਚਿਰੜ ਕਰਕੇ ਇੱਕ ਵਾਰ ਲਾਟ ਜੀ ਨਿਕਲੀ ਤੇ ਫੇਰ ਚਾਨਣ ਮੱਦਮ ਪੈ ਗਿਆ ਬਿੰਦ ਦਾ ਬਿੰਦ ਖੜੋਤੀ ਦੀਵੇ ਵੱਲ ਵਹਿੰਦੀ ਰਹੀ ਜਾ ਰਹੇ ਬਾਪੂ ਵੱਲ ਜਿਵੇਂ ਵੇਖਣ ਦਾ ਹਿਆ ਨਹੀਂ ਸੀ ਪੈ ਰਿਹਾ ਤੇ ਦੀਵਾ ਇਕਦਮ ਇੰਜ ਬੁਝ ਗਿਆ ਜਿਵੇਂ ਕਿਸੇ ਨੇ ਫੂਕ ਮਾਰ ਕੇ ਬੁਝਾਤਾ ਹੋਵੇ ਦਿਆਲੋ ਨੇ ਸੰਘਣੇ ਨੇਰੇ ਚ ਮੂੰਹ ਚੁੰਨੀਲ ਚ ਲੁਕਾ ਕੇ ਦੇਖਿਆ ਉੱਥੇ ਕੋਈ ਨਹੀਂ ਸੀ ਫਿਰਕੇ ਕੋਲ ਆ ਕੇ ਧਰਮਸ਼ਾਲਾ ਵੱਲ ਨਿਗਾਹ ਮਾਰੀ ਲੱਭੂ ਦੀ ਬੋਤੀ ਦਾ ਡਰਾਉਣਾ ਜਿਹਾ ਪਰਛਾਵਾ ਵਰਗਾਕਾਰ ਅੰਦਰੋਂ ਕਾਂਬਾ ਜਿਹਾ ਛੁੱਟਿਆ ਤੇ ਫਿਰ ਅੱਖਾਂ ਅੱਗੇ ਹਨੇਰਾ ਆ ਗਿਆ ਬੋਤੀ ਪਿੱਛੇ ਕੁੱਬੇ ਹੋ ਕੇ ਤੁਰਦੇ ਬਾਪੂ ਦਾ ਝੋਲਾ ਪੈਂਦਿਆਂ ਹੀ ਉਹਦੀ ਦਿਲ ਕਾਲਾ ਤੇ ਧੜਕਣ ਤੇਜ ਹੋ ਗਈ ਫਿਰ ਅਚਾਨਕ ਅੱਖਾਂ 'ਚ ਕਈ ਮੋٹے ਮੋٹے ਹੰਝੂ ਕੀਦੇ ਤੇ ਉਹਨੂੰ ਆਪਣੇ ਸਾਰੇ ਅੰਗਨ ਸੱਤੇ ਹੋ ਗਏ ਲੱਗੇ ਜਿਵੇਂ ਉੱਥੋਂ ਹਿੱਲਣ ਜੋਗੀ ਸੱਤਿਆ ਵੀ ਨਾ ਰਹੀ ਹੋਵੇ ਲੱਭੂ ਦੀ ਬੋਤੀ ਧਰਮਸ਼ਾਲਾ ਵਾਲੇ ਮੋੜ ਤੋਂ ਓਲੇ ਹੋ ਗਈ ਤਾਂ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਜਦੇ ਆ ਉਹਨੇ ਫੇਰ ਉਧਰ ਤੱਕਿਆ ਉਹਦਾ ਬਾਪੂ ਰੁਕ ਕੇ ਪਛਾਹ ਚਾਕ ਰਿਹਾ ਸੀ ਫਿਰ ਉਹਨੇ ਵੀ ਹੌਲੇ ਹੌਲੇ ਓਲੇ ਹੋ ਗਿਆ ਹੁਣ ਗਿੱਡੂ ਦੀ ਕਾਣੀ ਅੱਖ ਵਾਂਗ ਧਰਮਸ਼ਾਲਾ ਦੇ ਖੁੰਝੇ ਟਿਮਕ ਦੀ ਬੱਤੀ ਦੇ ਚਾਨਣ ਸਭ ਕੁਝ ਹਨੇਰੇ 'ਚ ਗਵਾਚ ਗਿਆ ਉਹ ਦੱਬਵੇਂ ਪੈਰੀ ਤੁਰਦੀ ਚੁੱਲ੍ਹੇ ਕੋਲ ਆ ਕੇ ਕੰਧ ਦਾ ਸਹਾਰਾ ਲੈ ਕੇ ਬੈਠ ਗਈ ਚੁੰਨੀ ਨਾਲ ਮੂੰਹ ਸਿਰ ਢੱਕ ਕੇ ਸਿਰ ਗੋਡਿਆਂ 'ਚ ਦੇ ਲਿਆ ਉਹਦੇ ਹਟਕੋਰੀਆਂ ਦੀ ਆਵਾਜ਼ ਹੁਣ ਬੇਕਾਬੂ ਹੁੰਦੀ ਜਾ ਰਹੀ ਸੀ ਬਿੱਲੀ ਵਾਂਗ ਛੈ ਕੇ ਉਹਦੇ ਅੰਦਰੋਂ ਕੋਲ ਆਉਂਦੇ ਆ ਉੰਜ ਬੈਠੀ ਵੇਖ ਕੇ ਬੇਬੇ ਨੇ ਕਰੜੇ ਹੱਥ ਨਾਲ ਮੋਢਾ ਹਲੂਣਿਆ ਕੁੜੇ ਭੱਜਣਾ ਪਿੱਟਿਏ ਤੂੰ ਕੀ ਜਾਣਦੀ ਨੂੰ ਰੋਣ ਲੱਗੀ ਐ ਅੱਧੀ ਰਾਤ ਵੇਲੇ ਦੇ ਆਲੋ ਨੇ ਪਲਦਾ ਪਲ ਆਪਣੇ ਆਪ ਨੂੰ ਕਾਬੂ ਕਰਨਾ ਚਾਹਿਆ ਪਰ ਵਾਹ ਨਹੀਂ ਚੱਲੀ ਤੇ ਭੂਬਾ ਮਾਰਨ ਲੱਗ ਪਈ ਬੇਬੇ ਜੀ ਵੀ ਹੋਰ ਹਿਰਖ ਗਈ ਹੋਵੇ। ਉਹਦੇ ਮੋਢੇ ਨੂੰ ਝਟਕਾ ਜਿਹਾ ਮਾਰ ਕੇ ਸਿੱਧੀ ਹੁੰਦਿਆਂ ਆਪਣੀ ਸਲਾਰੀ ਸੂਤ ਕਰਦੀ ਹੋਈ ਬੋਲੀ ਦੁਰ ਫਿੱਟੇ ਮੁਕ ਲੈਣੀ ਨਾ ਹੋਵੇ ਤਾਂ ਨਹੀਂ ਤੂੰ ਮੈਨੂੰ ਜਿਉਂਦੀ ਮਾਰਤਾ ਅਜੇ ਤਾਂ ਮੇਰੇ ਸਾਹ ਵਗਦੇ ਆ ਜਦੋਂ ਫੁੱਲ ਚੁੱਕ ਕੇ ਮੇਰਾ ਹੇਲ ਹਰੇਦਵਾਰ ਪ ਗਿਆ ਹੋ ਉਦੋਂ ਮਾਰ ਲਈ ਦੋ ਹੱਥੜੇ ਜਿਹੜੇ ਮਾਰਨੇ ਆ। ਤੇ ਬੋਲਦੀ ਬੋਲਦੀ ਉਹ ਫਿੜਕੇਵਾਲ ਤੁਰ ਗਈ ਤਾਂ ਦਿਆਲੋ ਘਬਰਾ ਕੇ ਉੱਠ ਖੜੋਤੀ ਭੱਜ ਕੇ ਉਹਦੀ ਬਾਹ ਫੜਦੇ ਆ ਰੋਣ ਹੱਕੀ ਆਵਾਜ਼ ਚ ਪੁੱਛਿਆ ਤੂੰ ਹੁਣ ਕਿੱਧਰ ਚੱਲੀਆਂ ਬੇਬੇ ਮੈਂ ਚੱਲੀਆਂ ਖੂਚ ਬੋੜੇ ਚ ਰੁੱਖੀ ਆਵਾਜ਼ ਚ ਜਵਾਬ ਦੰਦਿਆਂ ਬੇਬੇ ਨੇ ਕਰੜਾਈ ਨਾਲ ਹੁਜਕਾ ਮਾਰ ਕੇ ਉਹ ਤੋਂ ਬਾਹ ਛਡਾ ਲਈ ਤੇ ਫਿੜਕੇਵਾਲ ਜਾਂਦਿਆਂ ਬੁੜਬੁੜ ਕਰਦੀ ਬੋਲੀ ਉਧਰ ਉਹਨਾਂ ਦੇ ਨਿਆਣੇ ਭੁੱਖੇ ਬਿਲਕੀ ਜਾਂਦੇ ਆ ਅੱਗੋਂ ਪੁੱਛਦੀ ਕਿੱਥੇ ਚੱਲੀਆਂ ਬੰਦਾ ਕੋਈ ਵੇਲਾ ਕੋ ਵੇਲਾ ਵੀ ਦੇਖੇ ਫਿਰ ਉਤੋਂ ਮਗਰੋਂ ਆਵਾਜ਼ ਮਾਰਦੀ ਆ ਖਬਰ ਨੇ ਬੜੇ ਬੜਦ ਨੂੰ ਕਿੱਥੋਂ ਮਤ ਆਉਗੀ ਕੋੜ ਜਿੱਡਾ ਜਿਆ ਨਾ ਹੋਵੇ ਤਾਂ ਦਿਆਲੋ ਤੋਂ ਵੇਰ ਕਿਉਂ ਬਾਹਰਵਾਲ ਚਲੀ ਗਈ ਦਿਆਲੋ ਦੇ ਅਨੁਸਾਰ ਮਾਰੇ ਗਏ ਅੱਗੇ ਵੀ ਕਦੇ ਉਹਨੂੰ ਬੇਬੇ ਇੰਜੋਪਰਾ ਬੋਲਦੀ ਸੀ ਤਾਂ ਅੱਧੀ ਰਾਤ ਨੂੰ ਉੱਠ ਕੇ ਬਾਹਰ ਤੁਰ ਪੈਂਦੀ ਸੀ ਪਰ ਇੰਜ ਰੁੱਖਾ ਮੰਦਾ ਤਾਂ ਕਦੇ ਨਹੀਂ ਸੀ ਬੋਲੀ ਜਦੋਂ ਦਿਆਲੋ ਉਹਨੂੰ ਬਾਹਾਂ ਫੜ ਕੇ ਲਿਆਉਂਦੀ ਤਾਂ ਬਿਨਾਂ ਕੁਝ ਆਖਿਆਆਂ ਵੇਖਿਆ ਮੈਂ ਕਿੱਥੇ ਜਾਣੀ ਐ ਮੈਂ ਕਿੱਥੇ ਚੱਲੀ ਐ ਕਹਿੰਦੀ ਹੋਈ ਮੁੜਾਉਂਦੀ ਆ ਕੇ ਮੰਜੀ ਤੇ ਪਈ ਹੌਲੀ-ਹੌਲੀ ਆਪ ਮੁਹਾਰੇ ਬੋਲੀ ਜਾਂਦੀ ਪਰ ਉੱਠ ਕੇ ਬਾਹਰ ਨੂੰ ਨਹੀਂ ਸੀ ਜਾਂਦੀ ਪਰ ਅੱਜ ਇੰਜ ਤੁਰ ਗਈ ਜਿਵੇਂ ਉਹਨੇ ਮੁੜ ਕੇ ਕਦੇ ਆਉਣਾ ਹੀ ਨਹੀਂ ਹੁੰਦਾ ਦਿਆਲੋ ਵੀ ਮੂੰਹ ਅੱਗੇ ਚੁੰਨੀ ਕੁੱਟੀ ਕੁਝ ਚੀਰ ਫਿੜਕੇ ਕੋਲ ਖੜੋਤੀ ਰਹੀ ਤੇ ਫਿਰ ਫਿੜਕਾ ਲਾ ਕੇ ਮੁੜਾਈ ਕੋਠੜੇ ਤੇ ਬੂਹੇ ਕੋਲ ਆ ਕੇ ਕੱਟੀ ਦਾ ਖਿਆਲ ਆਇਆ ਤਾਂ ਪੈਰ ਧਰੀ ਰਕਦੀ ਛੱਪਰਵਾਲ ਤੁਰ ਗਈ ਕੱਟੀ ਸਿਰ ੁੱਟੀ ਬੈਠੀ ਸੀ ਉਹਦੇ ਉੱਤੇ ਦਿੱਤੀ ਹੋਈ ਪਾਟੀ ਪੱਲੀ ਪਿਛਲੀਆਂ ਲੱਤਾਂ ھیਠਾਂ ਆ ਗਈ ਸੀ ਜਦੋਂ ਪੱਲੀ ਉਹਦੀਆਂ ਲੱਤਾਂ ھیਠੋਂ ਕੱਢ ਕੇ ਪਾਉਣ ਲੱਗੀ ਤਾਂ ਕੱਟੀ ਨੇ ਸਿਰ ਹੁਰਕਦਿਆਂ ਪੀੜ ਵਿੰਨਵਾ ਫੁਕਾਰਾ ਮਾਰਿਆ ਲੱਤ ਦਾ ਖਿਆਲ ਆਉਂਦਿਆਂ ਹੀ ਦਿਆਲੋ ਦਾ ਸਰੀਰ ਇੱਕ ਵਾਰ ਫੇਰ ਝੁੱਠਾ ਪੈ ਗਿਆ ਕਿੰਨਾ ਇਚੀਰ ਉਹਦੇ ਕੋਲ ਬਹਿ ਕੇ ਪੱਲੀ ਸੂਤ ਕਰਦਿਆਂ ਉਹਦੇ ਦੋ ਦੋ ਉਂਗਲ ਦੇ ਫੁੱਟ ਦੇ ਆ ਰਹੇ ਸਿੰਘਾਂ ਤੇ ਕੰਨਾਂ ھیਟ ਖੁਰਕਦੀ ਰਹੀ ਕੱਟੀ ਉਹਦੇ ਪੈਰਾਂ ਨੂੰ ਮੂੰਹ ਧਰ ਕੇ ਮਿੰਨਡਾਲ ਹੋ ਕੇ ਸ਼ਾਂਤ ਹੋ ਗਈ ਸੀ ਉਹਦੇ ਸਾਹ ਦੀ ਹਵਾੜ ਨਾਲ ਦਿਆਲੋ ਨੂੰ ਆਪਣੇ ਪੈਰ ਨਿੱਗੇ ਹੁੰਦੇ ਮਹਿਸੂਸ ਹੋਏ ਪਰ ਫਿਰ ਪਤਾ ਨਹੀਂ ਕਿਉਂ ਮੁੜ ਕੇ ਅੱਖਾਂ ਸੇਲੀਆਂ ਸੇਲੀਆਂ ਹੋਣ ਲੱਗ ਪਈਆਂ ਚਿੱਤ ਕਾਲਾ ਕਾਲਾ ਪੈਣ ਲੱਗ ਪਿਆ ਕੱਟੀ ਦੇ ਮੂੰਹੋਂ ਹੇਠਾਂ ਇੱਕਦਮ ਖਿਸਕ ਕੇ ਉੱਪਰ ਅੰਦਰ ਚਲੀ ਗਈ ਲਾਲਟੇ ਨੇ ਜੇ ਜਾਗ ਰਹੀ ਸੀ ਉਹਨੇ ਛਿੰਦੇ ਵੱਲ ਦੇਖਿਆ ਉਹ ਅੱਖਾਂ ਮੀਚੀ ਪਿਆ ਸੀ ਹੋਲੀ ਜਿਹੇ ਬੇਬੇ ਦਾ ਮੰਝਾ ਹੋਲੀ ਦੇਖੇ ਉਹ ਬੇਬੇ ਦੇ ਮੰਝੇ ਤੇ ਜਾ ਲੇਟੀ ਤੇ ਮੰਝੇ ਦੀਆਂ ਚੂੜਾਂ ਚਰਕ ਗਈਆਂ ਛਿੰਦੇ ਨੇ ਸਿਰ ਤਾਂ ਚੁੱਕ ਕੇ ਵੇਂਦਿਆ ਪੁੱਛਿਆ ਨਹੀਂ ਭੈਣੇ ਬੇਬੇ ਕਿੱਥੇ ਆ ਦਿਆਲੋ ਕੋਲ ਕੋਈ ਜਵਾਬ ਨਹੀਂ ਸੀ ਛਿੰਦੇ ਨੇ ਫੇਰ ਪੁੱਛਿਆ ਬਾਪੂ ਵੀ ਲੱਭੂ ਦੇ ਨਾਲੇ ਉੱਠ ਗਿਆ ਭੈਣੇ ਕੁਝ ਘਬਰਾਹਟ ਜੀ ਨਾਲ ਛਿੰਦੇ ਨੂੰ ਛਿੜਕ ਦਿੱਤਾ ਤੂੰ ਕੀ ਲੈਣਾ ਸੁੱਤਾ ਨਹੀਂ ਰਿਹਾ ਜਾਂਦਾ ਪਰ ਨਾਲ ਦੀ ਨਾਲ ਉਹ ਮੰਜੇ ਮੂੰਹ ਦੂਸਰੇ ਪਾਸੇ ਭੁਆ ਕੇ ਚੁੰਨੀ ਦਾ ਇੱਕ ਪੱਲਾ ਫੇਰ ਮੂੰਹ 'ਚ ਤੁੰਨ ਕੇ ਜੋਰ-ਜੋਰ ਦੀ ਦੰਦ ਗੱਡ ਲਈ ਛਿੰਦਾ ਕਿੰਨਾ ਹੀ ਚਿਰ ਸੈਮਿਆ ਜਿਆ ਛੱਤ ਵੱਲ ਦੇਖਦਾ ਰਿਹਾ ਫਿਰ ਉਹਨੇ ਇੱਕ ਨਿੱਕਾ ਜਿਹਾ ਹੋਕਾ ਲਿਆ ਤੇ ਕੰਦ ਵੱਲ ਮੂੰਹ ਕਰਕੇ ਲੇਟ ਗਿਆ ਅੱਖਾਂ ਮੀਚ ਲਈਆਂ ਪਰ ਬਿੰਦਕੂ ਪਿੱਛੋਂ ਆਪਣੇ ਆਪ ਫੇਰ ਅੱਖਾਂ ਖੁੱਲ ਗਈਆਂ ਪਾਸਾ ਪਰਤਦਿਆਂ ਤੇ ਦਿਆਲੋ ਦੀ ਪਹਿਲੀ ਛਿੜਕ ਵਿਸਾਰਦਿਆਂ ਫਿਰ ਬੋਲਿਆ ਨੀ ਭੈਣੇ ਆਪਣੀ ਕੱਟੀ ਦੀ ਲੱਤ ਬਾਲੀ ਦੁਖਦੀ ਐ ਦਿਆਲੋ ਨੇ ਉੰਜ ਹੀ ਚੁੱਪਚਾਪ ਪਈ ਦੇਖ ਕੇ ਕੁਝ ਰੁੱਕ ਕੇ ਪੁੱਛਿਆ ਮੈਂ ਜਾ ਕੇ ਵੇਖ ਲਾਂ ਹੈ ਭੈਣੇ ਦਿਆਲੋ ਫਿਰ ਵੀ ਕੁਝ ਨਹੀਂ ਬੋਲੀ ਤਾਂ ਉਹਦੇ ਵੱਲ ਝਾਕਦਾ ਉੱਠ ਕੇ ਖੜਾ ਹੋ ਗਿਆ ਤੇ ਪੱਬਾਂ ਪਾਰ ਤੁਰਦਾ ਬਾਹਰ ਨਿਕਲ ਗਿਆ ਦਿਆਲੋ ਚੁੱਪਚੀਪੀਤੀ ਸਿੱਧੀ ਲੇਟੀ ਛੱਤ ਦੀਆਂ ਕੜੀਆਂ ਵੱਲ ਝਾਕਦੀ ਰਹੀ ਕੁਝ ਚਿਰ ਪਿੱਛੋਂ ਛਿੰਦਾ ਲੰਗ ਮਾਰਦਾ ਮੁੜਿਆ ਤਾਂ ਕਸੀਸ ਵੱਟਦਿਆਂ ਕਿਹਾ ਹਾਏ ਨੀ ਭੈਣੇ ਮੇਰੀ ਲੱਤ ਦੁਖੀ ਜਾਂਦੀ ਐ ਨਾਲੇ ਕੱਟੀ ਰੋਈ ਜਾਂਦੀ ਐ ਦਿਆਲੋ ਭੈਣੇ ਛੇਤੀ ਉੱਠ ਦਿਆਲੋ ਛੇਤੀ ਉੱਠ ਕੇ ਉਹਦੇ ਵੱਲ ਕੁਰੀ ਵੱਟ ਕੇ ਝਾਂਕਦਿਆਂ ਜਿਵੇਂ ਚੀਕ ਪਈ ਤੈਨੂੰ ਪਹੜ ਜਾਣ ਨੂੰ ਕਿਹਨੇ ਆਖਿਆ ਸੀ ਬਲਦਿਆ ਚੱਲ ਪੈ ਅਜੇ ਜਾ ਕੇ ਚੰਗਾਏ ਛਿੰਦਾ ਸੱਚੀ ਡਰ ਗਿਆ ਸਾਹ ਕੁੱਟ ਕੇ ਮੰਜੇ ਤੇ ਆ ਪਿਆ ਤੇ ਰਜਾਈ ਵਿੱਚ ਮੂੰਹ ਬਲੇਟ ਕੇ ਪੈ ਗਿਆ ਦਿਆਲੋ ਦਾ ਸਾਹ ਉਹੀ ਚੜ ਗਿਆ ਸੀ ਜਿਵੇਂ ਰੋਈਆਂ ਚ ਨਸ ਦੀ ਆਈ ਹੋਵੇ ਛਿੰਦੇ ਨੂੰ ਛਿੰਦਾ ਪਿੱਠ ਪੁਆ ਕੇ ਪਹਿਲਾਂ ਲਾਲਟੇਨ ਕੋਲ ਗਿਆ ਤੇ ਫਿਰ ਉਹਦੀ ਬੱਤੀ ਨੀਵੀਂ ਕਰ ਦਿੱਤੀ ਐਨੀ ਨੀਵੀਂ ਕਿ ਹਰ ਇੱਕ ਚੀਜ਼ ਦਾ ਆਕਾਰ ਇੱਕ ਦੂਜੀ ਵਿੱਚ ਬਿਰਨ ਦਿਸਣ ਲੱਗ ਪਿਆ ਫਿਰ ਚੁੰਨੀ ਦੀ ਬੁਕਲ ਸੂਤ ਕਰਦਿਆਂ ਮੋੜ ਬੇੜੇ 'ਚ ਚਲੀ ਗਈ ਅਸਮਾਨ ਉੱਤੇ ਸਿਖਰ ਬਹੁਤ ਉੱਚੇ ਤਾਰੇ ਖੇੜੇ ਹੋਏ ਸਨ ਚੰਦ ਦਾ ਚਾਨਣ ਵੀ ਸੀ ਪਰ ਆਸੇ-ਪਾਸੇ ਜੜੀ ਪਸੂਲੇ ਚਿੱਟੇ ਬੱਦਲ ਸਨ ਬੱਦਲਾਂ ਦੇ ਆਕਾਰ ਪੁਰਾਣੀ ਕੰਦ ਤੇ ਲਿਓੜਾਂ ਵਰਗੇ ਦਿਸਦੇ ਸਨ ਉਹਨਾਂ ਦੇ ਹੇਠ ਸਾਰੇ ਪਿੰਡ ਦੇ ਘਰਾਂ ਦੇ ਨਾਲ-ਨਾਲ ਜਿਵੇਂ ਸੰਗਣੀ ਧੁੰਦ ਪਸਰੀ ਹੋਵੇ ਪਿੰਡ ਦੇ ਬਾਹਰ ਵਾਲੇ ਰੁੱਖਾਂ ਦੇ ਪਰਿਵਾਰ ਇਸ ਧੁੰਦ ਵਿੱਚ ਗਵਾਚ ਗਏ ਲੱਗਦੇ ਸਨ ਉਹ ਪਿਛਲੇ ਪਾਸੇ ਫੀਨੇ ਦੇ ਘਰ ਵੱਲ ਮੂੰਹ ਕਰੀ ਵੇੜੇ ਵਿੱਚ ਵਿੱਚਕਾਰ ਖੜੋਤੀ ਫੀਨੇ ਦੇ ਘਰ ਅੰਦਰੋਂ ਲਾਲਟੇਨ ਦੇ ਮਰਨਾਉ ਚਾਨਣ ਵਾਂਗੂ ਜਵਾਜਾਂ ਸੁਣ ਰਹੀਆਂ ਸਨ ਉਹਨਾਂ ਵਿੱਚ ਉਹਦੀ ਬੇਬੇ ਦਾ ਬੋਲ ਵੀ ਸੁਣਦਾ ਸੀ ਸਾਰੀਆਂ ਆਵਾਜ਼ਾਂ ਤੋਂ ਨਿਖੜਵਾ ਅਚਾਨਕ ਫੀਨੇ ਦੇ ਘਰ ਦੇ ਮਗਰਲੇ ਪਾਸਿਓਂ ਦੋ ਬੰਦਿਆਂ ਦੇ ਝਗੜਨ ਦੀਆਂ ਆਵਾਜ਼ਾਂ ਸੁਣੀਆਂ ਉਹ ਆਪਸ ਵਿੱਚ ਖੈਬਰ ਦੇ ਧਰਮਸ਼ਾਲਾ ਵੱਲ ਆ ਗਏ ਫਿੜਕੇ ਕੋਲ ਜਾ ਕੇ ਦਿਆਲੋ ਨੇ ਨਿਗਾਹ ਮਾਰੀ ਤਾਂ ਕਾਲੂ ਸਿਰ ਉੱਤੇ ਬੱਠਲ ਚੁੱਕੀ ਖੜੋਤਾ ਆਪਣੇ ਇਕਰਸ ਆਵਾਜ਼ ਨੂੰ ਪੰਚ ਨੂੰ ਕਹਿ ਰਿਹਾ ਸੀ ਫਿਰ ਐ ਅਸੀਂ ਹੁਣ ਖਾਵਾਂਗੇ ਕਿੱਥੋਂ ਇਹ ਪਿਓ ਦਾਦੇ ਦਾ ਰਵੀਰਾ ਛੱਡ ਦਈਏ ਜੇ 2 ਸਾਲ ਹੋ ਗਏ ਹੋਰ ਗੈਰਣ ਨਾ ਲੱਗੇ ਤਾਂ ਫਿਰ ਕਿੱਥੋਂ ਖਾਵਾਂਗੇ ਪੰਚੋਂ ਨੂੰ ਅੱਗੋਂ ਘੇਰੀ ਖੜੋਤਾ ਸੀ ਤਾਂ ਉਹਦਾ ਬੋਲ ਕਰੜਾ ਸੀ ਪਿਓ ਦਾਦੇ ਦਾ ਰਵੀਰਾ ਜੇ ਨਹੀਂ ਛੱਡਦੇ ਤਾਂ ਹੀ ਪੀੜੀਆਂ ਬੀਤ ਗਈਆਂ ਨਾ ੱਤਕੇ ਖਾਂਦੇਆਂ ਨੂੰ ਫਿਰ ਇਹ ਤਾਂ ਰੱਬ ਦੀ ਰਜ਼ਾ ਹੈ ਉਹਦੇ ਆਪਣਾ ਕੋਈ ਜ਼ੋਰ ਹੈ ਪਰ ਜਿਹੜਾ ਜਗਤ ਰਵੀਰਾ ਬਣਿਆ ਉਹ ਤਾਂ ਹੁਣ ਕਰਨਾ ਹੀ ਹੋਇਆ ਕਿ ਖਾਲਾ ਜਗਤ ਰਵੀਰੇ ਦਾ ਪੰਜ ਸ਼ਾਇਦ ਪਹਿਲੀ ਵਾਰ ਦਿਆਲੋਂ ਨੇ ਇੰਜ ਬੋਲਦਾ ਸੁਣਿਆ ਸੀ ਮੈਂ ਜਦੋਂ ਕਹੀ ਜਾਂਦਾ ਬਈ ਬੰਦੇ ਦਾ ਪੁੱਤ ਬਣ ਕੇ ਘਰ ਨੂੰ ਮੁੜ ਜਾ ਘਰ ਨੂੰ ਮੁੜ ਜਾ ਫਿਰ ਅੰਨੇ ਘੋੜੇ ਦਾ ਦਾਨ ਇੱਥੇ ਹੀ ਕਾਲੂ ਪਵਿੱਤਰ ਗਿਆ ਪੰਜ ਨੇ ਅਗਾਹ ਕੀਤੀ ਡਾਂਗ ਵਾਲਾ ਝਾਂਕ ਕੇ ਉਹਨੀ ਪੈਰੀ ਪਛਾਹ ਪਾਉਂਦਿਆਂ ਬੋਲਿਆ ਨਾ ਫਿਰ ਬਾਲਾ ਓਖਾਂ ਤਾਂ ਮੁੜ ਜਾਣਾ ਐਵੇਂ ਤੂੰ ਅਬਾ ਤਬਾ ਕਿਉਂ ਬੋਲਦਾ ਹੈ ਬਾਈ ਕਾਲੂ ਘਰ ਨੂੰ ਮੁੜ ਗਿਆ ਪੰਜ ਵੀ ਉਸੇ ਵੇਲੇ ਧਰਮਸ਼ਾਲਾ ਨੂੰ ਓਲਿਆ ਤੇ ਥੜੀ ਕੋਲ ਖੜੋਤੇ ਦੋ ਬੰਦਿਆਂ ਨੂੰ ਉੱਚੀ ਸਾਰੀ ਕਹਿਣ ਲੱਗਿਆ ਜਾਓ ਸਾਰੇ ਵੇੜੇ 'ਚ ਜਾ ਕੇ ਹੋਕਾ ਦੇ ਦਿਓ ਬਾਈ ਅੱਜ ਕਿਸੇ ਨੇ ਦਾਣੇ ਮੰਗਣ ਨਹੀਂ ਜਾਣਾ ਪਿੰਡਾਂ 'ਚ ਉਹ ਹੋਏ ਦੋਏ ਬੰਦੇ ਕਾਲੂ ਦੇ ਮਗਰਲੇ ਵੇੜੇ ਜਾ ਵੜੇ ਪਾਂਚ ਪਿੰਡ ਵਾਲੇ ਪਾਸੇ ਤੁਰ ਗਿਆ। ਦਿਆਲੋਂ ਨੇ ਫਿੜਕੇ ਕੋਲੋਂ ਪਛਾਹ ਮੁੜਦਿਆਂ ਸਿਖਰਾਈ ਚੰਦਵਾਲ ਤੱਕਿਆ ਤੇ ਉਹਦੇ ਇੱਕ ਪਾਸਿਓਂ ਚੁੱਪਕੂ ਥਾਂ ਵਿੱਚ ਕਾਲਾ ਹੋ ਗਿਆ। ਉਹਦੇ ਵੈਂਦਿਆਂ-ਵੈਂਦਿਆਂ ਇੱਕ ਕਸਮੈਲੇ ਬੱਦਲ ਨੇ ਚੰਦ ਨੂੰ ਟੱਕ ਲਿਆ। ਇਹਦੇ ਨਾਲ ਪਿੰਡ ਦੇ ਬਨੇਰਿਆਂ ਤੇ ਪਸਰੀ ਧੁੰਦ ਦਾ ਰੰਗ ਕਾਲਾ ਸ਼ਾਹ ਹੋ ਗਿਆ ਤੇ ਸਹਿਮ ਭਰੀ ਚੁੱਪ ਚਾਰੇ ਪਾਸੇ ਛਾ ਗਈ। ਪਰ ਉਸੇ ਵੇਲੇ ਪਿੰਡ ਦੇ ਛਿੱਪਦੇ ਵਾਲੇ ਪਾਸਿਓਂ ਚੁੱਪ ਪੁਰਾਣੇ ਲੀੜੇ ਨੂੰ ਪਾੜਦੀ ਹੋਈ ਕੂਕ ਜਿਹੀ ਸੁਣਾਈ ਦਿੱਤੀ। ਅੰਨੇ ਘੋੜੇ ਦਾ ਦਾਨ ਬਈ ਅੰਨੇ ਘੋੜੇ ਦਾ ਦਹਾਨ ਇੱਕ ਆਵਾਜ਼ ਸਰਪੰਚ ਦੇ ਖੇਤ ਰੰਦੇ ਗਿੱਡੂ ਕਾਣੇ ਦੀ ਸੀ ਇਹੋ ਜਿਹਾ ਆਪਕ ਲੈਣਾ ਸੀ ਉਹੋ ਜਿਹੀ ਭਿਆਨਕ ਉਹਦੀ ਆਵਾਜ਼ ਕੋ ਡੱਬਾ ਸਰੀਰ ਕਾਲਾ ਮੂੰਹ ਪਾਟੇ ਮੈਲੇ ਲੀੜੇ ਤੇ ਇੱਕੋ ਅੱਖ ਵੇਖ ਕੇ ਨਿਆਣੇ ਡਰ ਜਾਂਦੇ ਵਰੇ ਬੀਤ ਗਏ ਸਾਨੂੰ ਕਦੇ ਵਿਹੜੇ 'ਚ ਨਹੀਂ ਸੀ ਆਇਆ ਸਰਪੰਚ ਦੇ ਘਰੋਂ ਖੇਤ ਤੇ ਖੇਤ ਤੋਂ ਘਰ ਬਸ ਇੰਨਾ ਕੋ ਉਹਦੀ ਸਾਰੀ ਜ਼ਿੰਦਗੀ ਦਾ ਪੰਧ ਸੀ ਦਿਆਲੋਂ ਨੂੰ ਗਿੱਡੂ ਦੀ ਆਵਾਜ਼ ਦਾ ਸਹਿਮ ਆਪਣੇ ਪਿੰਡੇ 'ਚ ਚਰਨਾਉਂਦਾ ਮਹਿਸੂਸ ਹੋਇਆ ਪੈਰਾਂ ਵੱਲੋਂ ਠੰਡ ਚੜ੍ਹਦੀ ਲੱਗੀ ਪਰ ਕੋਠੜੀ ਦੇ ਅੰਦਰ ਨਹੀਂ ਗਈ ਅੰਦਰੋਂ ਜਿਵੇਂ ਡਰ ਆਉਂਦਾ ਸੀ ਕੋਠੜੀ ਦੇ ਖੁੱਲੇ ਬੂਹੇ ਦਾ ਕਾਲਾ ਮੂੰਹ ਗਿੱਡੂ ਦੇ ਅੱਡੇ ਬੋੜੇ ਮੂੰਹ ਵਾਂਗ ਹੀ ਭਿਆਨਕ ਦਿਸ ਰਿਹਾ ਸੀ ਜਿਵੇਂ ਉਹ ਅੰਦਰ ਗਈ ਤਾਂ ਇਹ ਪੱਛ ਕਰ ਜਾਏਗਾ ਪਰ ਉੱਤੋਂ ਆਸਮਾਨ ਹੋਰ ਵੀ ਭੈੜਾ ਦਿਸ ਰਿਹਾ ਸੀ ਸਿਆਲ ਦੀ ਝੜੀ ਵਿੱਚ ਪਾਟੇ ਪੁਰਾਣੀ ਲੱਕੜ ਪੱਲੜ ਨਾਲ ਕੱਜੇ ਪਏ ਪਾਥੀਆਂ ਦੇ ਗੇਰੇ ਵਰਗਾ ਨੀ ਭੈਣੇ ਨੀ ਭੈਣੇ ਛਿੰਦਰਾ ਅੰਦਰੋਂ ਲੰਗ ਮਾਰਦਾ ਨਸਿਆ ਆਇਆ ਤੇ ਕੰਬਦਾ ਸੈਮ ਦਾ ਉਹਦੇ ਲੱਕ ਨੂੰ ਚਿਮਟਦਿਆਂ ਬੋਲਿਆ ਆਪਣੇ ਸੰਦੂਖ ਮਗਰ ਗਿਰਦਾ ਪੈਂਦਾ ਛੜੇਲਾਂ ਦਾ ਤੇ ਚੀਖ ਜਿਹੀ ਮਾਰ ਕੇ ਬੇਸੁੱਧ ਹੋ ਗਿਆ ਬਾਹਾਂ ਉੱਤੇ ਬੋਚਦਿਆਂ ਉਹਨੇ ਇੱਕ ਝੂਕ ਕੇ ਦਿਯਾਲੋਂ ਨੇ ਉਹਨੂੰ ਮੁੜ ਮੁੜ ਹਲੂਣਿਆ ਪਰ ਉਹ ਨਹੀਂ ਬੋਲਿਆ ਉਗਾਸ ਕੇ ਮੋਢੇ ਲਾਉਂਦਿਆਂ ਉਹਨੂੰ ਅੰਦਰ ਲਾ ਜਾ ਕੇ ਲਟਾ ਦਿੱਤਾ ਲਾਲ ਟੇਣ ਉੱਚੀ ਕਰਕੇ ਪਹਿਲਾਂ ਸੰਦੂਖ ਵੱਲ ਤੱਕਿਆ ਫਿਰ ਛਿੰਦੇ ਦੇ ਚਿਹਰੇ ਨੂੰ ਦੇਖਿਆ ਚਿਹਰੇ ਉੱਤੇ ਹੁਣ ਵੀ ਸਹਿਮ ਦਾ ਪਰਛਾਵਾਂ ਸੀ ਮੰਜੇ ਦੀ ਬਾਹੀ ਤੇ ਬੈਠ ਕੇ ਉਹਨੇ ਮੂੰਹ ਨੂੰ ਇੰਜ ਝਾਕਿਆ ਜਿਵੇਂ ਆਪ ਵੀ ਬੇਸਿੱਧੀ ਜੀ ਹੋ ਗਈ ਹੋਵੇ ਕੁਝ ਵੀ ਨਹੀਂ ਸੀ ਸੋਝ ਰਿਆ ਕਿ ਕੀ ਕਰੇ ਅਚਾਨਕ ਉਹਨੂੰ ਆਪਣੀ ਅੱਖਾਂ 'ਚ ਰੋੜਾ ਵਾਂਗ ਕੁਝ ਚੁੱਪਦਾ ਮਹਿਸੂਸ ਹੋਇਆ ਤੇ ਉਸੇ ਵੇਲੇ ਛਿੰਦੇ ਉੱਤੇ ਝਾਂਕਦਿਆਂ ਇੱਕ ਵਾਰ ਫੇਰ ਕਿਹਾ ਵੇ ਵੀਰਾ ਤੇ ਕਹਿ ਕੇ ਉਹਨੂੰ ਬੁਲਾਇਆ ਫੇਰ ਉਹਦੀ ਨਿੱਕੀ ਜਹੀ ਸੂੰਗੜੀ ਹਿੱਕ ਉੱਤੇ ਹੱਥ ਰੱਖ ਕੇ ਹਟਕੋਰੇ ਪਰਣ ਲੱਗ ਪਈ ਬਿੰਦਕੂ ਪਿੱਛੋਂ ਜਿਵੇਂ ਚਿੰਦਾ ਨਿੰਦੋ ਜਾਗ ਕੇ ਜਾਣਿਆ ਵਾਂਗ ਦੋਹਾਂ ਹੱਥਾਂ ਨਾਲ ਉਹਦੇ ਸਿਰ ਨੂੰ ਪਲੋਸਦਿਆਂ ਬੋਲਿਆ ਭੈਣੇ ਕੀ ਗੱਲ ਐ ਤੂੰ ਰੋਂਦੀ ਕਿਉਂ ਐ ਹੈ ਹੈ ਕਮਲੀ ਬਸ ਚੁੱਪ ਕਰ ਤੂੰ ਕਿਉਂ ਰੋਨੀ ਐ ਸੁੱਖੀ ਸੰਦੀ ਹੈ ਮੈਂ ਮਾਰੂੰ ਚੜੇਲ ਨੂੰ ਉਹਦੀ ਹਿੱਕ ਤੋਂ ਸਿਰ ਚੁੱਕ ਕੇ ਦਿਆਲੋਂ ਨੇ ਛਿੰਦੇ ਦੇ ਚਿਹਰੇ ਵਾਲ ਤੱਕਿਆ ਤਾਂ ਜਿਵੇਂ ਮੁਸਕੁਰਾ ਰਿਹਾ ਸੀ ਪਰ ਉਹਦੀ ਮੁਸਕਰਾਹਟ ਤੋਂ ਉਹਨੂੰ ਡਰ ਲੱਗ ਰਿਹਾ ਸੀ ਅੱਖਾਂ ਪੁੰਜਦੇ ਆ ਪੁੱਛਿਆ ਕੀ ਗੱਲ ਹੋ ਗਈ ਸੀ ਵੀਰ ਡਰ ਲੱਗਿਆ ਸੀ ਕਦੋਂ ਛਿੰਦਾ ਉੱਠ ਕੇ ਬੈ ਕੇ ਕਰਾਰ ਨਾਲ ਬੋਲਿਆ ਕਾਹਦਾ ਡਰ ਭੈਣੇ ਚੰਗਾ ਤੂੰ ਸੋ ਜਾ ਨਾ ਤੂੰ ਸੋ ਜਾ ਮੈਂ ਬੇਬੇ ਤੇ ਬਾਪੂ ਦੇ ਆਉਂਦਿਆਂ ਤਾਂ ਹੀ ਜਾਗਦਾ ਰਹੂੰ ਚੰਗਾ ਲੈ ਤੂੰ ਇੱਥੇ ਸੋ ਜਾ ਮੈਂ ਕੱਟੀ ਦਾ ਪਤਾ ਕਰ ਲਾਂ ਕਿਤੇ ਪੱਲੀ ਫੇਰ ਨਾ ਡੇਲ ਗਈ ਹੋਵੇ ਉਹਨੇ ਤੇ ਉਂਜੀ ਸਿਆਣਿਆਂ ਵਾਂਗ ਬੋਲਦਿਆ ਉਹ ਬਾਹਰ ਵੇੜੇ ਵੱਲ ਚਲਾ ਗਿਆ ਦਿਆਲੋ ਬੈਠੀ ਬੂਹੇ ਵੱਲ ਤੱਕਦੀ ਰਹੀ ਉਹਦਾ ਚਿੱਤ ਪਲ ਦਾ ਪਲ ਰਤਾ ਟਿਕਾਣੇ ਆਇਆ ਪਰ ਫੇਰ ਉਹ ਸੈਮੀ ਸੰਗਣੇ ਨੇਰੇ ਵਾਂਗ ਪਸਰਨ ਲੱਗ ਪਿਆ ਛੇਤੀ ਦੇਨੇ ਬਾਹਰ ਆਈ ਚਿੰਦਾ ਸੱਚੀ ਕੱਟੀ ਦੀ ਪੱਲੀ ਸੂਤ ਕਰੀ ਜਾਂਦਾ ਸੀ ਆਸਮਾਨ ਉਵੇਂ ਹੀ ਕਾਲਾ ਕਾਲਾ ਦਸਰਿਆ ਸੀ ਚੰਦ ਨੂੰ ਹੋਰ ਸੰਗਣੇ ਬੱਦਲਾਂ ਨੇ ਕੱਜ ਲਿਆ ਸੀ ਗਿੱਡੂ ਕਾਣੇ ਦੀ ਪੱਦੀ ਆਵਾਜ਼ ਅਜੇ ਵੀ ਉਂਜ ਦੀ ਉਂਜ ਪਿੰਡ ਦੇ ਬਨੇਰਿਆਂ ਉਤੋਂ ਦੀ ਖੁੰਡੀ ਦਾਤੀ ਵਾਂਗ ਘਸਰਦੀ ਪਿੰਡ ਦੀਵਾਲੇ ਬਲੋਰੇ ਵਾਂਗ ਕੂਕਦੀ ਹੋਈ ਜਾਪੀ ਅੰਨੇ ਘੋੜੇ ਦਾ ਦਾਨ ਬਈ ਅੰਨੇ ਘੋੜੇ ਦਾ ਦਾਨ ਇਸ ਦੇ ਨਾਲ ਹੀ ਇਸ ਕਿਤਾਬ ਦੀ ਸਮਾਪਤੀ ਹੁੰਦੀ ਹੈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੀ ਬੁੱਕ ਦੇ ਨਾਲ ਟਿਲ ਦੈਨ ਟੇਕ ਕੇਅਰ